हां जी हां जी हां वार्म अप बोलो दो मैच कबड्डी दे ओ तो बाद आंदियां करवाए जानगे कबड्डी दे बलकार ना वार्म अप बोलो ਤੁਸੀਂ ਵੀ ਉਹਦੇ ਬਲਕਾਰ ਨਾਲ ਕਹਿੰਦੇ ਬੇਨਦੇ ਵੀ ਲਾ ਲਓ ਪੱਟਾਂ ਨੂੰ ਪੇਲ ਹਾਂ ਖਿੱਚਦੇ ਆ ਮੁੰਡੇ ਲੱਗਦੇ ਆ ਜੋਰ ਵੀ ਵੱਜਦੇ ਆ ਢੋਲ ਵੀ ਇਧਰ ਦੇਖਣਾ ਲੱਗਦਾ ਜੋ ਸੱਤਾ ਸਿੰਘ ਜੀ ਭਵਿੰਦਰ ਸਿੰਘ ਜੀ ਪੁਰਾਣੇ ਕਬੱਡੀ ਖਿਡਾਰੀ ਨਿਰਮਲ ਸਿੰਘ ਜੀ ਨਿੰਮਾ ਸਮਾਧ ਵਾਲਾ ਸਾਡਾ ਵੀਰ ਜਿੱਥੇ ਮੈਂ ਦੇਖਦਾ ਵੀ ਉਹਨਾਂ ਦਾ ਵੀ ਪੂਰਾ ਜੋਰ ਲੱਗਿਆ ਇੱਕ ਪਾਸੇ ਅਲਕਰੇ ਵਾਲੇ ਮੁੰਡੇ ਵੀ ਕਹਿੰਦੇ ਅਸੀਂ ਵੀ ਕਿਸੇ ਦੇ ਨਾਲ ਘੱਟ ਨਹੀਂ ਅਸੀਂ ਵੀ ਕਿਸੇ ਦੇ ਨਾਲ ਘੱਟ ਨਹੀਂ ਇਧਰ ਦੇਖਦੇ ਵੀ ਨੌਜਵਾਨਾਂ ਦਾ ਪੂਰਾ ਜਿਹੜਾ ਜੋਰ ਆ ਦੇਖ ਵੀ ਜੱਗਿਆ ਦੇਖ ਵੀ ਬਲਕਰਨੇ ਆ ਇਹ ਟੀਮਾਂ ਦਾ ਮੈਂ ਸਾਡਾ ਗੋਗੀ ਸਟੂਡੀਓ ਟਾਈਮ ਨਹੀਂ ਜ਼ਿਆਦਾ ਲਾਉਣਾਗਾ ਖਿੱਚੋ ਮੁੰਡਿਓ ਲਾਓ ਜੋਰ ਏ ਬੱਲੇ ਬੱਲੇ ਹੋ ਗਈ ਹੈ ਇੱਥੇ ਜੋਰ ਦਾ ਮੈਂ ਦੇਖਦਾ ਇਹ ਜੋਰ ਦਾ ਕੰਮ ਆ ਇੱਥੇ ਤਕਨੀਕ ਦਾ ਕੰਮ ਆ ਗੇਮ ਦਾ ਜਿਹੜਾ ਪੂਰਾ ਅਲਕੜੇ ਵਾਲੇ ਮੁੰਡੇ ਵੀ ਕਿਤੇ ਟਾਪ ਦੇ ਜਿਹੜੇ ਖਿਡਾਰੀ ਆ ਹੈਲੋ ਹਾਂਜੀ ਇਧਰ ਮੈਂ ਦੇਖਦਾ ਵੀ ਬੱਲੇ ਬੱਲੇ ਹੁੰਦੀ ਰਹਿੰਦੀ ਗੱਭਰੂ ਦਲੇਰਾਂ ਦੀ ਰੱਸਾ ਕੱਸੀ ਵਿਕਦੀ ਡਾਲਰਾਂ ਚ ਅੱਜ ਇਹ ਪੰਜਾਬੀ ਦੇ ਸ਼ੇਰਾਂ ਦੀ ਪੰਜਾਬੀ ਦੇ ਸ਼ੇਰਾਂ ਦੀ ਪੰਜਾਬੀ ਦੇ ਸ਼ੇਰਾਂ ਦੀ ਗਰਾਊਂਡ ਵਿੱਚੋਂ ਲਾਸ ਫੜ ਕੇ ਖਿੱਚ ਲੈ ਹਾਂ ਬੋਝ ਦੁੰਨਾ ਇਹ ਵੱਡੀਆਂ ਗੱਡੀਆਂ ਦੁੰਨੇ ਗਾਣੇ ਹੈਵੀ ਗੱਡੀਆਂ ਠੀਕ ਹੈ ਜੀ ਫਾਈਨਲ ਚ ਪਹੁੰਚ ਗਏ ਜੀ ਪੈਟਰੋਲ ਵਾਲਿਆਂ ਨੂੰ ਭਾਈ ਦੁਨੇ ਟੀਮਾਂ ਆਪਣਾ ਨਾਮ ਲੈ ਜਾਓ ਮੇਤੋਂ 350 ਰੁਪਿਆ ਗਾ ਆ ਕੋਈ ਮੁਗਲਾਂ ਮਗਲੂਣ ਨਹੀਂ ਪੈਂਦਾ ਕੱਲੇ ਡੀਜ਼ਲ ਵਾਲੀਆਂ ਗੱਡੀਆਂ ਹੀ ਦੋ ਕਬੱਡੀ ਦੇ ਮੈਚ ਚਲਵਾ ਜਿੰਨਾਂ ਦਾ ਫਾਈਨਲ ਮੈਚ ਆ ਹਾਂਜੀ ਲਓ ਜੀ ਆ ਲਓ ਜੀ ਕਮਲ ਬੁਰਜ ਦੇ ਨਾਲੇ 200 ਰੁਪਿਆ 150 ਰੁਪਿਆ ਦੂਜੇ ਮੁੰਡੇ ਕਿੱਥੇ ਉਹਨਾਂ ਦੇ ਬਾਈ ਇਹਨਾਂ ਨੂੰ 150 ਰੁਪਿਆ ਦਿਓ ਠੀਕ ਹੈ ਜੀ ਵੀਰ ਜੀ ਇਹਨਾਂ ਤੋਂ ਫੜ ਲਓ ਠੀਕ ਹੈ ਬਹੁਤ ਬਹੁਤ ਧੰਨਵਾਦ ਦੋਨੇ ਟੀਮਾਂ ਦਾ ਇਹਦੇ ਵਿੱਚੋਂ ਬੁਰਜ ਦੁਨਾ ਜਿੱਤ ਕੇ ਫਾਈਨਲ ਚ ਪਹੁੰਚ ਚੁੱਕੀ ਹੈ ਬਹੁਤ ਬਹੁਤ ਧੰਨਵਾਦ ਸੱਤਾ ਸਿੰਘ ਜੀ ਬੜੀ ਸੂਝ ਬੁੰਦੇ ਨਾਲ ਆ ਬੜੀ ਖੁਸ਼ੀ ਦੀ ਗੱਲ ਹੈ ਗੋਵਿੰਦਾਂ ਦੇ ਵਿੱਚੋਂ ਅੰਤਰਰਾਸ਼ਟਰੀ ਮੁੰਡੇ ਆ ਤਿੰਨ ਚਾਰ ਰੱਸਾ ਕਸੀ ਇੱਕ ਅਮਰਜੀਤ ਨਹੀਂ ਆਇਆ ਹਜੇ ਤੇ ਅੰਤਰਰਾਸ਼ਟਰੀ ਆ ਮੁੰਡੇ ਇਹਨਾਂ ਦੇ ਵਿੱਚ ਰੱਸਾ ਕਸੀ ਦੇ ਵਿੱਚ ਦੱਸ ਦਈਏ ਤੁਹਾਨੂੰ ਦਰਸ਼ਕ ਵੀਰੋ ਬੁਰਜ ਦੁਨਾ ਘੋਲੀਏ ਦੇ ਲਾਗੇ ਵਾਸਦਾ ਪਿੰਡ ਹੀ ਕੋਈ ਬਹੁਤੀ ਦੂਰ ਨਹੀਂ ਚੜਕ ਦੇ ਨਾਲ ਘੋਲੀਏ ਦੇ ਨਾਲ ਹੀ ਹੈ ਹਾਂਜੀ ਹਾਂਜੀ ਸੈਮੀ ਫਾਈਨਲ ਮੈਚ ਹੈ ਜੀ ਭਾਈ ਰੂਪੇ ਦੀ ਟੀਮ ਦੇ ਦਿਆਲਪੁਰਾ ਮਿਰਜਾ ਬਾਈ ਮਨਪ੍ਰੀਤ ਸਿੰਘ ਜੀ ਮਣੀ ਦਾ ਬਹੁਤ ਬਹੁਤ ਧੰਨਵਾਦ ਜੀ ਸਕੋਰਾਂ ਦੀ ਸਵੇਵਨ ਮਾਰਿਆ ਇੱਕ ਮਾਫੀ ਚਾਹੁੰਦੇ ਨੌਜਵਾਨ ਦੀ ਪੋਸਟਰ ਤੇ ਥੋੜੀ ਜਿਹੀ ਫੋਟੋ ਲਾਉਣੀ ਭੁੱਲ ਗਏ ਭਾਈ ਬਹੁਤ ਬਹੁਤ ਧੰਨਵਾਦ ਭਾਈ ਮਣੀ ਵਾਹਿਗੁਰੂ ਕਰੇ ਕਿ ਨੌਜਵਾਨ ਤੈਨੂੰ ਤਰੱਕੀਆਂ ਬਖਸ਼ੇ ਆਹ ਸੈਮੀ ਫਾਈਨਲ ਮੈਚ ਆ ਕਹਿੰਦੇ ਖਾ ਕੇ ਖਰਾਕ ਜੰਗੀ ਮਿਹਨਤ ਵੀ ਲਾਈ ਹੋਵੇ ਜੱਫਾ ਕੋਈ ਲੱਗੇ ਨਾ ਤਾਂ ਫੇਰ ਦੁੱਖ ਹੁੰਦਾ ਏ ਹਾਂਜੀ ਗੁਰਪਾਲ ਸਿੰਘ ਜੀ ਸਾਡੇ ਸੇਵਾਦਾਰ ਪਹੁੰਚ ਗਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਲੰਗਰ ਕਮੇਟੀ ਦੇ ਵਿੱਚ ਸੇਵਾ ਨਿਭਾਈ ਕਾਂਦਲ ਸਿੰਘ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਸਾਡੇ ਵਰਕਰ ਹੈ ਸਾਰਿਆਂ ਦਾ ਧੰਨਵਾਦ ਕਰਵਾਉਣ ਸਾਰਿਆਂ ਦਾ ਕਰਦੇ ਆ ਬਿੱਲਾ ਕਾਲਮ ਜੀ ਗਰਾਊਂਡ ਚ ਆ ਜਾਏ ਭਵਿੰਦਰ ਰੈਣ ਮੈਣਾ ਜੀ ਮਾਨਯੋਗ ਭਰਪੂਰ ਸਿੰਘ ਜੀ ਗੁਰੂ ਜੀ ਕੱਲ ਨੂੰ ਮਨਦੀਪ ਮੁੰਡਾ ਇੱਥੋਂ ਵਾਲਾ ਬਹੁਤ ਉਹਨਾਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾਣਾਗਾ ਰੱਸਾ ਕਸੀ ਟੀਮ ਵੱਲੋਂ ਇੱਕ ਕਾਂਦਲ ਜਿਹੜਾ ਸੇਵਾਦਾਰ ਉਹਨਾਂ ਦਾ ਪਾਲ ਵਰਗੇ ਵੀ ਕਾਲੂ ਵਰਗੇ ਆ ਉਹਨਾਂ ਦਾ ਜਿਹੜਾ ਮੈਂ ਦੇਖਦਾ ਵੀ ਕਾਦਲ ਦਾ ਵੀ ਵੱਡਾ ਮਾਨ ਸਨਮਾਨ ਜਿਹੜਾ ਕੀਤਾ ਜਾਣਾਗਾ ਉਹ ਕਾਂਤੀ ਤੇਰਾ ਵੀ ਹੋਣਾ ਕੁਛ ਕਾਲ ਨੂੰ ਮੈਂ ਬੋਲਦਾ ਹਾਂਜੀ ਹਾਂਜੀ ਕਲਵੰਤ ਹਾਂਜੀ ਹਾਂਜੀ ਬੋਲੋ ਜੀ ਤੇਰਾ ਵੀ ਹੋਣਾ ਕੁਛ ਕਾਲ ਨੂੰ ਸਨਮਾਨ ਹਾਂਜੀ ਹਾਂਜੀ ਨਾਲੇ ਰੱਸਾ ਕੱਸੀ ਵਾਲੇ ਵੀਰਾਂ ਵੱਲੋਂ ਮਿੱਤਰਾਂ ਵੱਲੋਂ ਦੱਸਦਾ ਤੇ ਨਾਲ ਬਾਈ ਗੁਰਜੀਤ ਸਿੰਘ ਮੇਰਾ ਖਿਆਲ ਆ ਪ੍ਰਧਾਨ ਜੀ ਵੱਲੋਂ ਹੋਣਾ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਹੁਣ ਤਾਂ ਐਲਸੀਡੀ ਲੈ ਦੇਵੇ ਤਸਵੀਰਾਂ ਬੋਲਦੀਆਂ ਹੁਣ ਕਹਿੰਦੇ ਐਲਸੀਡੀ ਲੈ ਦੇਵੇ ਤਸਵੀਰਾਂ ਬੋਲਦੀਆਂ ਹਾਂਜੀ ਹਾਂਜੀ ਕਿਤੇ ਆ ਕੰਮ ਨਾ ਹਟ ਜੀ ਐਡੇ ਐਡੇ ਸਨਮਾਨ ਹੋਣ ਲੱਗ ਗਏ ਨਾ ਜੀ ਇਹ ਕਿਰਪਾ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਪ੍ਰਭੂਰ ਸਿੰਘ ਜੀ ਸਾਡੇ ਗੁਰੂ ਸਮਾਣਾ ਲੋ ਦਿਆਲਪੁਰੇ ਮਿਰਜੇ ਵਾਲੇ ਮੁੰਡੇ ਨੇ ਪਹਿਲੀ ਕਬੱਡੀ ਪਾਈ ਆ ਉਧਰ ਜਿਹੜੀ ਦਿਆਲਪੁਰੇ ਮਿਰਜੇ ਦੀ ਟੀਮ ਆ ਬੇਨਤੀ ਹੈ ਵੀ ਕਿਰਪਾ ਕਰਕੇ ਨੌਜਵਾਨ ਇਧਰਲੇ ਪਾਸੇ ਜਿਹੜੇ ਚਲੇ ਗਏ ਦਿਆਲਪੁਰੇ ਮਿਰਜੇ ਵਾਲੇ ਸਿਰਫ 15-20 ਮਿੰਟਾਂ ਦੇ ਆਪਣੇ ਕੋਲ ਅੱਜ ਦੇ ਜਿਹੜੇ ਮੈਚ ਦੇ ਲੋ ਪਹਿਲੀ ਕਬੱਡੀ ਮੁੰਡੇ ਨੇ ਪਾਈ ਉਧਰ ਮੈਂ ਦੇਖਦਾ ਵੀ ਮੁੰਡੇ ਦਾ ਨਾਂ ਗਾ ਸ਼ੀਰੇ ਨੇ ਸ਼ੀਰੇ ਨੂੰ ਜੱਫਾ ਲਾਤਾ ਭੋਡੀਪੁਰੇ ਵਾਲੇ ਨਿੰਮੇ ਨੇ ਸੁਰ ਤੇ ਤਾਲ ਦੇ ਵਿੱਚ ਵਿਸਲ ਮਾਰੀ ਆ ਵੀ ਪੁਆਇੰਟ ਜਿਹੜਾ ਆਹ ਮੁੰਡਾ ਦੀਪਾ ਨੌਜਵਾਨ ਭਾਈ ਰੂਪੇ ਵਾਲਾ ਦੂਜੇ ਪਾਸੇ ਦਿਆਲਪੁਰੇ ਮਿਰਜੇ ਦੀ ਟੀਮ ਆ ਆਪਾਂ ਦੇਖਦੇ ਵੀ ਦੀਪੇ ਦੀ ਪਈ ਹੋਈ ਕਬੱਡੀ ਆ ਖੇਡਣ ਜੋਰਾ ਨਾਲ ਕਬੱਡੀ ਪੁੱਤ ਸਰ ਰਾਜ ਹੈਲੋ ਉੱਪਰ ਭਾਈ ਕਾਂਦਲ ਸੇਵਾਦਾਰ ਸਟੇਜ ਤੇ ਆ ਜੇ ਹੈਲੋ ਸਾਰਾ ਵੀਰ ਮਲਕੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੈ ਜ਼ਿੰਦਗੀ ਦਾ ਜੀ ਜੀ ਮਿੱਤਰਾ ਉਹਨਾਂ ਦੇ ਨਾਲ ਬਾਈ ਗੁਰਪ੍ਰੀਤ ਸਿੰਘ ਜੀ ਸਤਿਕਾਰਯੋਗ ਬਾਈ ਗੁਰਮੇਲ ਸਿੰਘ ਜੀ
ਉਧਰ ਪ੍ਰੀਤ ਸੋਨ ਸਰਬ ਸਭਾਈ ਮਲਕੀਤ ਉਹ ਵੀ ਸਾਡੀ ਮਿੱਤਰਾਂ ਦੀ ਦੁਨੀਆਂ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਆ ਇਹ ਕਬੱਡੀ ਟੂਰਨਾਮੈਂਟ ਸਾਡੇ ਵੀਰ ਮੈਨੂੰ ਗੁਰਜੀਤ ਨੇ ਦੱਸਿਆ ਵੀ ਉਸ ਜੀਵਨ ਕਬੱਡੀ ਖਿਡਾਰੀ ਦੀ ਯਾਦ ਦੇ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਆ ਉਹ ਇੱਕ ਯਾਨਾ ਦਾ ਯਾਰ ਸੀ ਸਾਡਾ ਸਤਿਕਾਰਯੋਗ ਵੀਰ ਆਹ ਮੁੰਡਾ ਭਾਈ ਰੁਪਏ ਵਾਲਾ ਪ੍ਰਗਟ ਸਿੰਘ ਸੈਮੀ ਫਾਈਨਲ ਮੈਚ ਆ ਖਾ ਕੇ ਖਰਾਕ ਜੰਗੀ ਮਿਹਨਤ ਵੀ ਲਾਈ ਹੋਵੇ ਜਫਾ ਕੋਈ ਲੱਗੇ ਨਾ ਤਾਂ ਫੇਰ ਦੁੱਖ ਹੁੰਦਾ ਏ ਇੱਕ ਪਾਸੇ ਮੁੰਡਾ ਮੈਂ ਦਿਆਲਪੁਰੇ ਮਿਰਜੇ ਵਾਲਾ ਦੇਖਦਾ ਬਗਲ ਭਰ ਰਿਹਾ ਭਾਈ ਰੁਪਏ ਵਾਲੇ ਨੌਜਵਾਨ ਨੂੰ ਜਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਲੋ ਉਧਰ ਹੱਥਾਂ ਚੋਂ ਨਿਕਲਦਾ ਜਾਂਦਾ ਜਿੱਥੇ ਮੈਂ ਦੇਖਦਾ ਵੀ ਪ੍ਰਗਟ ਆਪਣੀ ਟੀਮ ਭਾਈ ਰੁਪਏ ਦੇ ਲਈ ਇੱਕ ਪੁਆਇੰਟ ਹੋਰ ਜੋੜਦਾ ਹੋਇਆ ਕਲਵੰਤ ਜਾਦਾ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਜਿਨ੍ਹਾਂ ਨੇ ਸਮਾਜ ਲਈ ਕੁਝ ਕੀਤਾ ਹੋਵੇ ਬਿਲਕੁਲ ਜੀ ਜਿਹੜਾ ਖਾ ਕੇ ਗੋਲੀਆਂ ਰੋਟੀ ਚ ਮੂੰਹ ਘੁੱਟ ਕੇ ਮਰ ਗਿਆ ਉਹਨੂੰ ਕੋਈ ਨਹੀਂ ਪੁੱਛਦਾ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੇ ਇੱਧਰ ਜਿਹੜੇ ਸਾਡੇ ਸਤਿਕਾਰਯੋਗ ਭਰਪੂਰ ਸਿੰਘ ਜੀ ਦੱਸ ਰਹੇ ਆ ਵੀ ਉਹਨਾਂ ਦੇ ਕਹਿੰਦੇ ਮਰ ਗਿਆ ਦੇ ਪਿੱਛੋਂ ਲੋਕੀ ਪਾਉਂਦੇ ਨੇ ਕਹਾਣੀਆਂ ਮਾਨਾ ਮਰ ਜਾਣਾ ਪਿੱਛੋਂ ਜਾਦਾ ਰਹਿ ਜਾਣੀਆਂ ਮਾਨਾ ਮਰ ਜਾਣਾ ਪਿੱਛੋਂ ਜਾਦਾ ਰਹਿ ਜਾਣੀਆਂ ਕਿਉਂਕਿ ਸਾਡੇ ਸਤਿਕਾਰਯੋਗ ਬਾਈ ਜੀਵਨ ਕਬੱਡੀ ਖਿਡਾਰੀ ਉਹਨਾਂ ਦੀ ਯਾਦ ਨੂੰ ਸਮਰਪਿਤ ਮੈਨੂੰ ਭਾਈ ਗੁਰਜੀਤ ਨੇ ਦੱਸਿਆ ਵੀ ਉਹ ਜਾਨ ਸੀ ਸਾਡਾ ਨੌਜਵਾਨ ਸਾਡਾ ਮਿੱਤਰ ਸੀ ਸਾਡਾ ਭਰਾ ਸੀ ਉਧਰ ਮਾਨਯੋਗ ਜਿੱਥੇ ਆਪਾਂ ਦੁਨੀਆਂ ਦੇ ਮਹਾਨ ਖਿਡਾਰੀਆਂ ਦੀ ਗੱਲ ਕਰ ਲਓ ਤਿੰਨ ਮੋਟਰਸਾਈਕਲਾਂ ਦਾ ਵੱਡੇ ਮਾਨ ਸਨਮਾਨ ਹੋਣਿਆ ਉਹ ਆਉਣ ਵਾਲਾ ਸਮਾਂ ਤੁਸੀਂ ਪ੍ਰਧਾਨ ਗੁਰਜੀਤ ਸਾਨੂੰ ਸਟੇਜ ਤੇ ਮਿਲੇ ਇੱਕ ਮਿੰਟ ਵਾਸਤੇ ਬਾਈ ਬੇਨਤੀ ਹੈ ਡੇਰਾ ਬਣਾ ਵਾਲੀ ਗੁਰਜੀਤ ਡੇਰਾ ਬਣਾ ਵਾਲੀ ਦੇ ਸੰਧਾਣਾ ਦੋਨੇ ਟੀਮਾਂ ਜਿਹੜੀਆਂ ਰੈਡੀ ਰਹਿਣ ਅਗਲੇ ਮੈਚ ਦੇ ਲਈ ਇਧਰ ਪ੍ਰਗਟ ਕਬੱਡੀ ਪਾਉਣ ਦੇ ਲਈ ਬਾਂਧਾ ਹੋਇਆ ਪਰ ਦਿਆਲਪੁਰੀਆ ਨੌਜਵਾਨ ਨਹੀਂ ਜਫਾ ਲਾ ਸਕਿਆ ਅਸਰਪ ਦਾ ਪਿੰਡ ਆ ਧੰਨਵਾਦ ਸਾਡਾ ਵੀ ਵਧੀਆ ਕਮੈਂਟੇਟਰ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਲਓ ਇੱਕ ਪਾਸੇ ਦਿਆਲਪੁਰੀ ਵਾਲਾ ਬੱਜੀ ਹਾਂਜੀ ਬਾਈ ਗੁਰਜੀਤ ਪ੍ਰਧਾਨ ਮਾੜਾ ਸਾਡੇ ਕੋਲ ਭੇਜੋ ਯਾਰ ਜੇ ਕਿਤੇ ਬਾਜ ਨੂੰ ਸੁਣ ਆ ਗਏ ਜੀ ਆ ਗਏ ਹਾਂਜੀ ਤੁਹਾਡੇ ਕੋਲ ਬਾਈ ਕਾਲਾ ਜੀ ਬਹੁਤ ਬਹੁਤ ਧੰਨਵਾਦ ਉਹਨੇ ਦੱਸਿਆ ਵੀ ਤਿੰਨ ਮੋਟਰਸਾਈਕਲਾਂ ਦੇ ਮਾਨ ਸਨਮਾਨ ਹੋਣੇ ਆ ਮੈਚ ਦੀ ਜਿਹੜੀ ਸਮਾਪਤੀ ਭਾਈ ਰੁਪਏ ਦੀ ਟੀਮ ਜੀ ਇਹ ਫਾਈਨਲ ਮੈਚ ਜਿੱਤ ਕੇ ਜਿਹੜੀ ਫਾਈਨਲ ਚ ਪਹੁੰਚ ਚੁੱਕੀ ਹੈ ਤਾਂ ਨਹੀਂ ਮਾਰ ਦੋ ਸੈਮੀ ਫਾਈਨਲ ਜਿੱਤ ਕੇ ਭਾਈ ਰੁਪਏ ਦੀ ਟੀਮ ਨੇ ਮੁਕਾਬਲਾ ਜਿੱਤਿਆ ਗਾ ਬਹੁਤ ਬਹੁਤ ਧੰਨਵਾਦ ਭਾਈ ਰੁਪਏ ਦੀ ਟੀਮ ਲਓ ਹੁਣ ਸਧਾਣਿਆਂ ਦੀ ਟੀਮ ਦਾ ਮੈਚ ਬਣਾਵਾਲੀ ਦੇ ਨਾਲ ਸ਼ੁਰੂ ਕਰੋ ਜੀ ਦੋਨੇ ਟੀਮਾਂ ਦਾ ਮੁਕਾਬਲਾ ਰੱਸਾ ਕਸੀ ਦਾ ਗੁਰਜ ਦੁੰਨਾ ਤੇ ਇਹ ਤੋਂ ਬਾਅਦ ਆਪਣੇ ਨਗਰ ਦੀ ਟੀਮ ਬਾਬਾ ਕਿਸਨ ਦਾ ਸਪੋਰਟਸ ਕਲੱਬ ਜਿਹੜੇ ਗੁਮਟੀ ਵਾਲੇ ਮੁੰਡੇ ਉਹ ਵੀ ਆ ਜਾਣ ਇਹ ਤੋਂ ਬਾਅਦ ਰੱਸਾ ਕਸੀ ਦਾ ਫਾਈਨਲ ਮੈਚ ਜਿਹੜਾ ਕਰਵਾਇਆ ਜਾਊਗਾ ਧੰਨਵਾਦ ਮਿੱਤਰਾਂ ਦੇ ਸਾਡੇ ਨੌਜਵਾਨਾਂ ਦੇ ਇਹ ਤੋਂ ਬਾਅਦ ਰੱਸਾ ਕਸੀ ਦਾ ਮੁਕਾਬਲਾ ਕਰਾਇਆ ਜਾਊ ਜੀ ਆਹ ਸੈਮੀ ਫਾਈਨਲ ਮੈਚ ਆ ਹੈਲੋ ਬਣਾਵਾਲੀ ਦੀ ਟੀਮ ਦਾ ਜਿਹੜਾ ਮੈਚ ਹੁਣ ਲੱਗਣਾ ਗਾ ਸਧਾਣਿਆਂ ਦੇ ਨਾਲ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਜਿਹੜੀ ਟੀਮ ਬਣਾਵਾਲੀ ਦੀ ਟੀਮ ਦੇ ਨੌਜਵਾਨ ਆ ਉਹ ਪਿੰਡ ਵਾਲੇ ਪਾਸੇ ਅਦਾਰੇ ਦੇ ਦਰਸ਼ਕ ਵੀ ਨੋਟ ਕਰੋ ਜੀ ਉਹਨਾਂ ਦੀ ਵਿਰੋਧੀ ਟੀਮ ਜਿਹੜੀ ਸਧਾਣਿਆਂ ਦੀ ਟੀਮ ਸਾਡਾ ਵੀ ਲਖਵੀਰ ਸਿੰਘ ਜੀ ਲੱਖਾ ਜ਼ਿੰਦਗੀ ਦਾ ਜੀ ਜਵਿੱਤਰਾ ਪਹਿਲੀ ਕਬੱਡੀ ਬਣਾਵਾਲੀ ਵਾਲੇ ਨੌਜਵਾਨ ਨੇ ਜਿੱਥੇ ਮੈਂ ਦੇਖਦਾ ਵੀ ਤਲਵੰਡੀ ਦੇ ਏਰੀਏ ਦੇ ਖਿਡਾਰੀ ਦੀ ਜਿੱਥੋਂ ਆਪਾਂ ਤਲਵੰਡੀ ਮਾਨਸਾ ਤੋਂ ਤਲਵੰਡੀ ਮਾਨਯੋਗ ਦਮਨ ਸਿੰਘ ਜੀ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਇਹ ਵੀ ਸਾਡੇ ਮਾਨਯੋਗ ਸੀਨੀਅਰ ਕਬੱਡੀ ਖਿਡਾਰੀ ਉੱਥੇ ਵੱਡਾ ਨਾਮ ਹਾਂਜੀ ਗੁਰੂ ਜੀ ਬਾਈ ਕਾਂਦਲ ਕਿੱਥੇ ਆ ਮਾੜਾ ਗੇਟ ਤੇ ਮਿਲੇ ਸਾਨੂੰ ਕਾਬਲ ਜੀ ਕਬੱਡੀ ਦੇ ਮੈਚਾਂ ਦੀ ਆਪਾਂ ਜਿੱਥੇ ਗੱਲ ਕਰ ਰਹੇ ਹਾਂ ਲੋ ਇਧਰ ਕਬੱਡੀ ਜਿਹੜੀ ਮੈਦਾਨ ਦੇ ਵਿੱਚ ਵੇਖ ਰਹੇ ਹਾਂ ਵੀ ਇੱਕ ਪਾਸੇ ਨੌਜਵਾਨ ਸਧਾਣਾ ਵਾਲਾ ਗੱਭਰੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪਰ ਬਣਾਵਾਲੀ ਵਾਲੇ ਨੌਜਵਾਨ ਨੇ ਭੁੱਖੇ ਸ਼ੇਰ ਦੀ ਤਰ੍ਹਾਂ ਨੌਜਵਾਨ ਨੂੰ ਚਿੰਬੜਿਆ ਹੋਇਆ ਇਹ ਤੋਂ ਬਾਅਦ ਬੁਰਜ ਦੁਨਾ ਦੇ ਗੁਮਟੀ ਦੋਨੇ ਟੀਮਾਂ ਦੱਸਾਂ ਕਿ ਜਿਹਦੇ ਫਾਈਨਲ ਦੇ ਲਈ ਆ ਜਾਣਾ ਉਹਨਾਂ ਦਾ ਜਿਹੜਾ ਫਾਈਨਲ ਮੈਚ ਕਰਾਉਣਾ ਗਾ ਬੁਰਜ ਦੁਨਾ ਦੇ ਗੁਮਟੀ ਉਹ ਵੀ ਟੀਮਾਂ ਆਪਣੇ ਆਪਣੇ ਮੈਚਾਂ ਦੇ ਲਈ ਜਿਹੜੀਆਂ ਤਿਆਰ ਹਨ ਲਓ ਭਾਈ ਫਿਰ ਕਬੱਡੀ ਆ ਇੱਧਰ ਸਾਡੇ ਆ ਪਿੰਡਾਂ ਦੇ ਮੁੰਡੇ ਖੇਡਦੇ ਕਬੱਡੀ ਨੀ ਇਹਦੇ ਵਿੱਚ ਲੰਘਦੀ ਸਮਾਰ ਸਨਾ ਵੱਡੀ ਨੀ ਇਹ ਲੈ ਗਿਆ ਤੂੰ ਕੇ ਬੱਲੇ ਬੱਲੇ ਹੋ ਗਈ ਹੈ ਸੀਟੀ ਮਾਰ ਅਰਜਨਾ ਵੇ ਦੇਖ ਤੇਰਾ ਪੈਰ ਇਹ ਦੇਵ ਦਿਆਲਪੁਰੇ ਵਾਲਾ ਐਵੇਂ ਨੀ ਮੁੰਡੇ ਨੇ ਪੰਜ ਵਰਲਡ ਕੱਪ ਚ ਰੈਫਰੀ ਕੀਤੀ ਇਸ ਦੀ ਦੇਰ ਆ ਨੌਜਵਾਨ ਦੀ ਸਾਡੇ ਸਤਿਕਾਰਯੋਗ ਕੇਵਲ ਸਮਾਨ ਪਾਈ ਵਾਲਾ ਉਧਰ ਯਾਰਾਂ ਦਾ ਯਾਰ ਆ ਭੋਡੀਪੁਰੇ ਵਾਲਾ ਨਿਮਾ ਉਹ ਵੀ ਸਾਡਾ ਕਬੂਤਰਾਂ ਦਾ ਸ਼ੌਂਕੀ ਆ ਉਧਰ ਬਹੁਤ ਬਹੁਤ ਧੰਨਵਾਦ ਇਧਰ ਕਬੱਡੀ ਦਾ ਮੁਕਾਬਲਾ ਸਧਾਣਿਆਂ ਦੀ ਟੀਮ ਦਾ ਜਿੱਥੇ ਮੈਂ ਦੇਖਦਾ ਵੀ ਤਾਵੀ ਸਧਾਣਿਆਂ ਵਾਲਾ ਨੌਜਵਾਨ ਨਿੱਕਾ ਪੁਆਇੰਟ ਜਿਹੜਾ ਜੋੜਦਾ ਹੋਇਆ ਕੁਲਦੀਪ ਸਿੰਘ ਦੀ ਪਈ ਕਬੱਡੀ ਆ
ਗੁਮਟੀ ਵਾਲੇ ਤਿਆਰ ਹੋ ਜਾਓ ਜੀ ਫਾਈਨਲ ਮੈਚ ਹੈ ਉਦੋਂ ਬੁਰਜ ਸੁਨੇ ਦੇ ਨਾਲ ਗੁਮਟੀ ਵਾਲੇ ਮੁੰਡੇ ਤਿਆਰ ਹੋ ਜਾਓ ਉਹਨਾਂ ਦਾ ਜਿਹੜਾ ਫਾਈਨਲ ਮੈਚ ਹੈ ਉਸ ਤੋਂ ਬਾਅਦ ਉਹ ਟੀਮ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਰੈਡੀ ਰਹੇ ਗੁਮਟੀ ਵਾਲੇ ਨੌਜਵਾਨ ਨੂੰ ਬੇਨਤੀ ਹੈ ਵੀ ਇਸ ਤੋਂ ਬਾਅਦ ਬੁਰਜ ਨਾਲ ਫਾਈਨਲ ਜਿਹੜਾ ਮੈਚ ਆ ਆਓ ਕੱਲ ਨੂੰ ਓਪਨ ਦੇ ਮਹਾਨ ਖਿਡਾਰੀਆਂ ਦੀ ਗੱਲ ਹਿੰਮਤਪੁਰੀ ਗੋਗੂ ਦੀਪ ਉੱਥੇ ਮੈਂ ਦੇਖਦਾ ਵੀ ਕਹਿੰਦੇ ਵੀ ਵਿਸ਼ੇਸ਼ ਤੌਰ ਤੇ ਸਾਡੇ ਟਾਪ ਦੇ ਜੰਗੀ ਐਂਡ ਦੇ ਗੁਰਪ੍ਰੀਤ ਵਰਗੇ ਨਾਲ ਮੈਂ ਦੇਖਦਾ ਭੂੰਦੜ ਦੇ ਕੀਪੇ ਵਰਗੇ ਉੱਥੇ ਨੌਜਵਾਨਾਂ ਦੀ ਕਹਿੰਦੇ ਗੱਲ ਭਗਤੀ ਦੇ ਕੇਵਲ ਵਰਗਿਆਂ ਦੀ ਨਾਲ ਮੈਂ ਦੇਖਦਾ ਵੀ ਚੱਕਾਂ ਦੇ ਹਰਪ੍ਰੀਤ ਵਰਗਿਆਂ ਦੀ ਨੌਜਵਾਨਾਂ ਦੀ ਗੱਲਾਂ ਉਧਰ ਰਮਾਣਾ ਦੇ ਜਿੱਥੇ ਕਹਿੰਦੇ ਵੀ ਗੋਰੇ ਵਰਗੇ ਪੀਟੀ ਵਰਗੇ ਇੱਕ ਪਾਸੇ ਕਬੱਡੀ ਪਈ ਆ ਦੂਜੇ ਪਾਸੇ ਜ਼ੋਰ ਲੱਗਿਆ ਬਾਣਾ ਮਾਲੀ ਦਾ ਜਾਫੀ ਹੈ ਲੋ ਦੂਜੇ ਪਾਸੇ ਦੇਖਦਾ ਵੀ ਲੱਗਦਾ ਹਜ਼ੋਰ ਨਿੱਕੇ ਦੀ ਪਹੀ ਕਬੱਡੀ ਆ ਬੱਲੇ ਬੱਲੇ ਹੋ ਗਿਆ ਖਿੱਚਦਾ ਨੌਜਵਾਨ ਖਿੱਚੋ ਨੌਜਵਾਨ ਬੱਲੇ 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 ਮਾਰੋ ਤਾੜੀ ਦੀ ਜਾਵਾਸ ਇਹ ਬਾਣਾ ਮਾਲੀ ਵਾਲੇ ਦਾ ਨੌਜਵਾਨ ਜਾਫੀ ਦਾ ਜਫਾ ਕਲਵੰਤ ਸਿੰਘ ਪ੍ਰਧਾਨ ਜੀ ਨੇ ਐਗਰੀਮੈਂਟ ਕਰ ਲਿਆ ਕਹਿੰਦਾ ਪੂਰਾ ਜਿੰਨਾ ਚਿਰ ਤੂੰ ਜਿਉਂਦਾ ਤੇ ਅਸੀਂ ਟੂਰਨਾਮੈਂਟ ਕਰਾਉਣੇ ਵੀ ਤੁਸੀਂ ਆਉਣਾ ਆਉਣਾ ਆ ਜਾਂਟੇ ਅਰਗੇ ਵੀ ਕਹਿੰਦੇ ਵੀ ਆਉਣਾ ਹੀ ਆਉਣਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਮਿੱਤਰਾਂ ਦੇ ਗੱਗੀ ਵੀ ਇੱਕ ਬਾਈ ਦੇਵ ਜੀ ਵੀ 57 ਦਾ ਫਾਈਨਲ ਮੈਚ ਜਿਹੜਾ ਕਰਵਾਈ ਦੇਣਾ ਮੈਨੂੰ ਪ੍ਰਬੰਧਕਾਂ ਨੇ ਕਿਹਾ ਗਾ ਨਹੀਂ ਬਾਈ ਜਿਹੜਾ ਕੋਈ ਜਿਹੜਾ ਪ੍ਰਾਈਜ ਇੱਧਰ ਬਣਾਵਾਲੀ ਦੀ ਟੀਮ ਪੂਰੀ ਹਾਵੀ ਆ ਜਿੱਥੇ ਮੈਂ ਗੁਰਮੇਲ ਸਿੰਘ ਮੇਲਾ ਇਹਨਾਂ ਦਾ ਕਬੱਡੀ ਜਿਹੜਾ ਕੋਚ ਅੱਜ ਮੈਂ ਦੇਖਦਾ ਵੀ ਅੱਜ ਵਿਸ਼ੇਸ਼ ਤੌਰ ਤੇ ਬਣਾਵਾਲੀ ਦੀ ਟੀਮ ਨੂੰ ਲੈ ਕੇ ਆਇਆ ਲੈ ਵੀ ਮਨਦੀਪ ਮਣੀ 7.5 ਪੁਆਇੰਟ ਤੇ 8 ਜੀ ਦੇ ਪਹਿਲਾਂ ਹਾਂਜੀ ਭਰਪੂਰ ਸਿੰਘ ਜੀ ਕੁਲਵੰਤ ਹਾਂਜੀ ਪ੍ਰਬੰਧਕਾਂ ਨੂੰ ਮੜਾ ਸਾਡੇ ਕੋਲ ਭੇਜਿਓ ਯਾਰ ਪਲੀਜ਼ ਆ ਬੱਚੇ ਪੁੱਛਦੇ ਆ ਬਰੈਨ ਹੁਣ ਬਾਰੇ ਉਹਨਾਂ ਨੂੰ ਉਸ ਤਰ੍ਹਾਂ ਦੱਸੀਏ ਠੀਕ ਹੈ ਜੀ ਕਾਂਦਲ ਦਾ ਵਿਸ਼ੇਸ਼ ਤੌਰ ਤੇ ਵੱਡਾ ਮਾਣ ਸਨਮਾਨ ਹੋਣਾ ਸੇਵਾ ਦਾ ਨੌਜਵਾਨ ਬਹੁਤ ਬਹੁਤ ਧੰਨਵਾਦ ਸਾਡੇ ਮਿੱਤਰਾਂ ਦੇ ਭਰਪੂਰ ਸਿੰਘ ਜੀ ਤੁਹਾਡਾ ਵੀ ਵੱਡਾ ਸਹਿਯੋਗ ਆ ਕਿਉਂਕਿ ਜਿੰਨਾ ਚਿਰ ਬਾਈ ਗੁਰਜੀਤ ਨੇ ਆਖਿਆ ਜਿੰਨਾ ਚਿਰ ਅਸੀਂ ਆ ਜਿੰਨਾ ਚਿਰ ਤੁਸੀਂ ਜੀ ਹੋਵੋਗੇ ਵਾਹਿਗੁਰੂ ਕਰੇ ਕਿ ਸਦਾ ਲੰਬੀਆਂ ਜਿਹੜੀਆਂ ਉਮਰਾਂ ਮਾਣੋ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਜਦੋਂ ਸੀਨੀਅਰ ਦੇ ਨਾਲ ਕੋਈ ਵੀ ਗੱਲ ਬੋਲਣ ਨੂੰ ਜੀ ਬੜਾ ਕਰਦਾ ਮੈਨੂੰ ਲੱਗਦਾ ਭਰਪੂਰ ਸਿੰਘ ਜੀ ਆਪਾਂ ਹੰਡਾਏ ਤਕਰੀਬਨ ਜਿਹੜੇ ਵੱਡੀ ਦੇਣ ਆ ਮੈਂ ਛੋਟਾ ਜਾਂਦਾ ਸੀ ਪਹਿਲੀ ਵਾਰ ਤੁਸੀਂ ਮੈਨੂੰ ਉੱਥੇ ਮੈਚ ਫੜਾਇਆ ਸੀਗਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਭਰਪੂਰ ਸਿੰਘ ਜੀ ਹਾਕਮ ਸਿੰਘ ਵਾਲੇ ਤੋਂ ਲਓ ਇੱਧਰ ਨਾਜਵਾਨ ਸਧਾਣਿਆਂ ਵਾਲਾ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ ਛੋਟਾ ਬੱਚਿਆਂ ਦਾ ਵੀ ਬਹੁਤ ਧੰਨਵਾਦ ਹੈ ਜਿਹੜੇ ਜਿਉਂਦੀ ਜਾਗਦੀ ਰੱਖਦੇ ਆ ਕਲਾ ਨੂੰ ਸੰਭਾਲਦੇ ਆ ਦੋਸਤੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਉਧਰ ਕਬੱਡੀ ਦੇ ਮੈਚ ਕੁਲਦੀਪ ਸਿੰਘ ਦੀ ਪਈ ਹੋਈ ਕਬੱਡੀ ਆ ਸਧਾਣਿਆਂ ਵਾਲਾ ਮੁੰਡਾ ਕਹਿੰਦਾ ਪਿੱਛੇ ਹੜੀ ਮੈਨੂੰ ਜਫਾ ਲਾਉਣ ਦੇ ਪਰ ਬਣਾਵਾਲੀ ਵਾਲਾ ਨੌਜਵਾਨ ਆਓ ਲੈ ਗਿਆ ਧੂਕੇ ਇਹ ਤੋਂ ਬਾਅਦ ਬੁਰਜ ਦੁਨਾ ਆ ਗਈ ਜੀ ਆ ਜਾਓ ਵੀ ਗੁਮਟੀ ਵਾਲੇ ਮੁੰਡੇ ਆ ਜਾਓ ਤੁਹਾਡਾ ਫਾਈਨਲ ਮੈਚ ਆ ਇਹ ਬੇਨਤੀ ਹੈ ਵੀ ਫਾਈਨਲ ਮੈਚ ਜਿਹੜਾ ਤੁਹਾਡਾ ਕਰਵਾਉਣਾ ਗਾ ਨੌਜਵਾਨਾਂ ਦਾ ਸਤਿਕਾਰਯੋਗ ਅਮੀਰਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਭੋਲਿਆ ਇਹਦੇ ਗੱਲ ਸੁਣੋ ਵੀਰੇ ਭੋਲੇ ਮਲਕੀਤ ਸਾਡਾ ਵੀਰ ਪ੍ਰਾਪਰਟੀ ਡੀਲਰ ਨਾਲ ਗੁਰਮੇਲ ਸਿੰਘ ਜੀ ਗੇਲਾ ਬਾਈ ਗੁਰਜੀਤ ਵਰਗੇ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਨੀਲਾ ਤੇ ਭੋਲਾ ਭੋਲੇ ਇੱਧਰ ਮਾੜਾ ਹੈ ਰੱਬਾ ਉਧਰ ਇੱਧਰ ਗੱਲ ਸੁਣ ਲਓ ਵੀਰ ਬਣੇ ਇੱਧਰ ਇੱਧਰ ਨੀਲਾ ਤੇ ਭੋਲਾ ਇੱਧਰ ਆਓ ਇੱਥੇ ਬੜੀਆਂ ਵਿਸੜੀਆਂ ਨੇ ਜ਼ਿਆਦਾ ਜਿੱਥੇ ਇੱਕ ਸਾਡਾ ਵੀਰ ਭੌਰਾ ਹੁੰਦਾ ਸੀ ਇਸ ਨਗਰ ਦਾ ਉਹ ਵੀ ਸਾਡਾ ਮਿੱਤਰ ਹੁੰਦਾ ਸੀਗਾ ਬੜਾ ਸਤਿਕਾਰਯੋਗ ਵੀਰ ਸੀ ਉਹਨਾਂ ਦਾ ਵੀ ਧੰਨਵਾਦ ਆ ਪਰ ਵਾਹਿਗੁਰੂ ਨੂੰ ਜਿੱਦਾਂ ਚੰਗਾ ਲੱਗਦਾ ਫਿਰ ਉਦਾਂ ਹੁੰਦਾ ਵੀ ਨੌਜਵਾਨ ਇੱਧਰ ਕੁਲਦੀਪ ਆ ਸਧਾਣਿਆਂ ਵਾਲੇ ਜਾਫੀ ਹੈ ਲੰਬੇ ਨੌਜਵਾਨ ਸੈਮੀ ਫਾਈਨਲ ਮੈਚ ਆ ਇਹ ਇੱਕ ਪਾਸੇ ਕੁਲਦੀਪ ਸਿੰਘ ਨੌਜਵਾਨ ਬਣਾਵਾਲੀ ਵਾਲਾ ਮੈਚ ਜਿਹੜਾ ਸਮਾਪਤ ਹੈ ਬਣਾਵਾਲੀ ਦੀ ਟੀਮ ਨੇ ਮੁਕਾਬਲਾ ਜਿੱਤ ਲਿਆ ਫਾਈਨਲ ਚ ਵਾਗੀ ਬਈ ਨੋਟ ਕਰੋ ਬਣਾਵਾਲੀ ਦੀ ਟੀਮ ਇਸ ਮੈਚ ਦੀ ਜਿਹੜੀ ਜੇਤੂ ਟੀਮ ਆ ਪੁਆਇੰਟ ਮੈਂ ਦੱਸ ਰਿਹਾ ਗਾ ਇੱਕ ਨਾਮ ਤੇ ਜਾ ਕੇ ਬਹਿਗੀ ਡੈਰੇ ਦੇ ਦਰਸ਼ਕ ਵੀਰ ਨੋਟ ਕਰਨ ਜੀ ਇਸ ਮੈਚ ਦੇ ਜਿਹੜੇ ਸਧਾਣਿਆਂ ਦੇ 6 ਪੁਆਇੰਟ ਆ ਬਣਾਵਾਲੀ ਦੀ ਟੀਮ ਦੇ ਪੁਆਇੰਟ 7.5 ਆ ਬਣਾਵਾਲੀ ਫਾਈਨਲ ਚ ਪਹੁੰਚ ਚੁੱਕੀ ਹੈ ਬਹੁਤ ਬਹੁਤ ਧੰਨਵਾਦ ਆ ਜਿਹੜਾ ਫਾਈਨਲ ਮੈਚ ਰੱਸਾ ਕਸੀ ਦਾ ਆਪਾਂ ਕਰਵਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਦਾ ਸਾਰੇ ਵੀਰਾਂ ਦਾ ਦੋਨੇ ਟੀਮਾਂ ਦਾ ਨਾਲ ਵੀ ਕਲਵੰਸਿਆ ਹਾਂਜੀ ਦੋਨੋਂ ਟੀਮਾਂ ਚੋਟੀ ਦੀਆਂ ਗੁਮਟੀ ਵਾਲੇ ਵੀ ਤੇ ਬੁਰਜ ਨਾ ਵੀ ਹੁਣ ਪੋਫਲਾ ਵੇਖ ਲਈ ਕਿਹਦਾ ਲੈਂਦਾ
ਗੀਤਾ ਬਲਕਾਰਨ ਸਾਡਾ ਵੀਰ ਰਾਜਾ ਹਰਦੀਪ ਮਨਦੀਪ ਭਾਈ ਰਹਿਣ ਵਾਲਿਆਂ ਨੂੰ ਬੇਨਤੀ ਹੈ ਵੀ ਤੁਸੀਂ ਇੱਥੇ ਬਹਿ ਜਾਓ ਟੈਕ ਕੇ ਸਾਰਾ ਪ੍ਰਬੰਧ ਕਲੱਬ ਵਾਲੇ ਕਰਨਗੇ ਤੁਹਾਡਾ ਰਾਜਾ ਇਹ ਸਾਰੀ ਇਹਨਾਂ ਦੀ ਟੀਮ ਆ ਭਾਈ ਬਹਿ ਜਾਓ ਕੁਰਸੀਆਂ ਤੇ ਮੈਚ ਵੇਖ ਲਓ ਸਾਰੇ ਕਲੱਬ ਵਾਲਿਆਂ ਨੂੰ ਫਿਕਰ ਆ ਤੁਹਾਡਾ ਪ੍ਰਬੰਧ ਹੋਊਗਾ ਕੋਈ ਗੱਲ ਨਹੀਂ ਇਹ ਜੀ ਲਓ ਆਪਾਂ ਜਿਹੜਾ ਆਹ ਮੈਚ ਦੇਖਦੇ ਹਾਂ ਭਰਪੂਰ ਸਿੰਘ ਜੀ ਜਿਵੇਂ ਕਹਿੰਦੇ ਆ ਬਾਜੀ ਮਾਰ ਗਏ ਬਠਿੰਡੇ ਵਾਲਾ ਗੱਭਰੂ ਤੇ ਬਾਕੀ ਰਹਿ ਗਏ ਹਾਲ ਪੁੱਛ ਦੇ ਠੀਕ ਹੈ ਜੀ ਤੇ ਉਧਰ ਮੋਗੇ ਵਾਲੇ ਕਹਿੰਦੇ ਹੁੰਦੇ ਮੋਗੇ ਦਾ ਕਿਲਾ ਟਪਾ ਦੂ ਜੇ ਕੱਢੀ ਮਾਂ ਦੀ ਖਾਲ ਇਧਰ ਮੋਗੇ ਵਾਲੇ ਮੁੰਡਿਆ ਮੋਗੇ ਜ਼ਿਲ੍ਹੇ ਦਾ ਮਸ਼ਹੂਰ ਸਾਬਕਾ ਤੇ ਮੌਜੂਦਾ ਸਰਪੰਚ ਵੀ ਪਹੁੰਚ ਗਏ ਜ਼ੋਰ ਇਹਨਾਂ ਦਾ ਵੀ ਲੱਗੂਗਾ ਹਾਂਜੀ 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 ਸਰਦਾਰ ਦਮਨ ਸਿੰਘ ਜੀ ਦਮਨ ਸਿੰਘ ਰਹੇ ਨੇ ਦੋਨੇ ਟੀਮਾਂ ਦਾ ਫਾਈਨਲ ਮੈਚ ਜਿਹੜਾ ਹੇਮੰਤਪੁਰੇ ਵਾਲੇ ਗੱਗੂ ਦੇ ਮਾਮਾ ਜੀ ਆਏ ਹਾਂਜੀ ਹਾਂਜੀ ਫਾਈਨਲ ਮੈਚ ਗੁਮਟੀ ਦੀ ਟੀਮ ਦੋਨੇ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਨੀ ਹੈ ਮੈਂ ਬੇਨਤੀ ਕਰਦਾ ਡੂੰਗਰ ਸਿੰਘ ਜੀ ਸਰਪੰਚ ਸਾਹਿਬ ਬੁਰਜ ਸਿੰਘ ਬੁਰਜ ਦੁੰਨਾ ਤੇ ਗੁਮਟੀ ਦਾ ਸਰਪੰਚ ਸਾਹਿਬ ਨੇ ਹਾਂਜੀ ਬਈ ਕਾਲਾ ਵੀਰ ਆ ਕੇ ਸਟੇਜ ਤੇ ਮਿਲੇ ਕਾਲਾ ਵੀਰ ਬਹੁਤ ਬਹੁਤ ਧੰਨਵਾਦ ਜੀ ਕਾਲੇ ਸਿੰਘ ਜੀ ਇੱਕ ਮਿੰਟ ਜੀ ਰੂਪ ਸਿੰਘ ਜੀ ਕੈਨੇਡਾ ਤੋਂ ਉਹਨਾਂ ਦੇ ਭਤੀਜੀ ਜੀ ਕੈਨੇਡਾ ਚ ਪਹੁੰਚੇ ਨੇ ਉਹਨਾਂ ਵੱਲੋਂ ਦਾਸ ਦੀ ਕਮੈਂਟਰੀ ਤੋਂ ਖੁਸ਼ ਹੋ ਕੇ ਵੱਡਾ ਮਾਨ ਸਨਮਾਨ ਆਇਆ ਮੈਂ ਬਹੁਤ ਉਹ ਕੈਨੇਡਾ ਚ ਮੈਚਾਂ ਦਾ ਆਨੰਦ ਮਾ ਰਹੇ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਲਓ ਦੋਨੇ ਟੀਮਾਂ ਕੋਈ ਨਾ ਕੱਲ ਨੂੰ ਦੇਖੀ ਫਿਰ ਹਾਂ ਧੰਨਵਾਦ ਸਾਰਿਆਂ ਦਾ ਕਲੀ ਪਾ ਦਿਓ ਵੀ ਇਹ ਮੁੰਡਿਆ ਵੇ ਮੁੰਡਿਆ ਸੰਧੂਰੀ ਪੱਗ ਵਾਲਿਆ ਹੁਣ ਦੇਖਦੇ ਆ ਆਹ ਜਿਹੜਾ ਫਾਈਨਲ ਮੈਚ ਲੱਗਣਾ ਗਾ ਇੱਕ ਪਾਸੇ ਇਸੇ ਨਗਰ ਦੇ ਬਾਈ ਸਾਡੇ ਵੀਰ ਗੁਰਜੀਤ ਪ੍ਰਧਾਨ ਜੀ ਇੱਕ ਵੱਡੇ ਮਾਣ ਵਾਲੀ ਗੱਲ ਆ ਬਾਈ ਗੁਰਜੀਤ ਜੀ ਅੱਜ ਜੀਵਨ ਹੁੰਦਾ ਤਾਂ ਗੱਲ ਹੋਰ ਹੁੰਦੀ ਉਹ ਵੀ ਸਾਡਾ ਮਿੱਤਰ ਸੀ ਯਾਰਾਂ ਦਾ ਯਾਰ ਬਹਿ ਜਾਓ ਮੁੰਡੇ ਸਾਰੇ ਮਾਨਯੋਗ ਡੂੰਗਰ ਸਿੰਘ ਜੀ ਆਪਾਂ ਜੇ ਥੱਲੇ ਬਹਿ ਜਾਈਏ ਤਾਂ ਸਵਾਦ ਵੱਧ ਨਹੀਂ ਹੋਊਗਾ ਮੈਚ ਦਾ ਉਹ ਦੁਨੀਆਂ ਦੇ ਬੰਦਿਓ ਪੂਜੋ ਪੂਜੋ ਇਨਸਾਨਾਂ ਨੂੰ ਵਾਰ ਗਏ ਨੇ ਦੇਸ਼ ਲਈ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਅੱਜ ਐ ਕਰੋ ਜੀ ਮੈਂ ਤਾਂ ਕਹਿੰਦਾ ਵੀ ਦੋਨੇ ਟੀਮਾਂ ਦੇ ਪਲੇਅਰਾਂ ਦਾ ਪ੍ਰਬੰਧਕਾਂ ਦਾ ਫੈਸਲਾ ਵੀ ਫੋਟੋ ਕਰਵਾਉਣੀ ਆ ਇੱਧਰ ਬੁਰਜ ਦੁਨੀਆਂ ਵਾਲੇ ਫਾੜੋ ਇੱਧਰ ਗੁਮਟੀ ਵਾਲੇ ਫਾੜੋ ਐਂ ਬਹਿ ਜਾਓ ਵੀ ਅੱਗੇ ਅੱਗੇ ਡਾਉਣ ਹੋ ਕੇ ਮਾੜਾ ਜਾ ਆ ਜਾਓ ਜੀ ਇੱਕ ਮਿੰਟ ਜੀ ਕੋਈ ਨਾ ਜੀ ਪਹਿਲਾਂ ਇਹਨਾਂ ਨਾਲ ਸਰਪੰਚ ਸਾਹਿਬ ਹੋ ਜਾਓ ਜੀ ਖੜੇ ਸਾਰੇ ਕੋਈ ਇੱਕ ਫੋਟੋ ਯਾਦਗਰੀ ਫੋਟੋ ਵਿੱਚ ਯਾਦ ਰਹਿ ਜਾਂਦੀ ਆ ਮੁੰਡਿਆਂ ਦੀ ਕਿਉਂਕਿ ਆ ਜਾਓ ਵੀ ਰਹਿ ਜਾਓ ਤੁਸੀਂ ਅੱਗੇ ਸਾਰੇ ਗੀਤੇ ਯਾਦਾਂ ਰਹਿ ਜਾਣੀਆਂ ਹਾਂਜੀ ਯਾਦਾਂ ਹੀ ਰਹਿ ਜਾਣੀਆਂ ਮੇਰੇ ਕੀ ਰਹਿ ਜਾਣਾ ਬਿਲਕੁਲ ਜੀ ਬਿਲਕੁਲ ਜਿਵੇਂ ਇਸੇ ਨਗਰ ਦੇ ਮੈਨੂੰ ਦੱਸਿਆ ਬਾਈ ਜੀਵਨ ਵਧੀਆ ਕਬੱਡੀ ਖਿਡਾਰੀ ਸੀ ਜੀ ਬਹੁਤ ਸੋਹਣਾ ਖੇਡਦਾ ਸੀ ਆ ਜਾਓ ਜੀ ਤੁਸੀਂ ਵੀ ਮਾਨਯੋਗ ਪਰਮਜੀਤ ਜੀ ਸਾਰੇ ਆ ਜਾਓ ਸਤਿਕਾਰਯੋਗ ਜਿੰਨੇ ਵੀ ਮਿੱਤਰ ਹਾਂਜੀ ਸਰਦਾਰ ਪਰਮ ਸਹਿਬਾਗ ਸਿੰਘ ਜੀ ਪੰਮਾ ਕਾਲਾ ਬਾਈ ਓਪਨ ਦੇ ਪ੍ਰਾਈਜ਼ ਵਾਲਾ ਵੀ ਜਿੱਤਿਆ ਉਹ ਵੀ ਪਹੁੰਚ ਚੁੱਕੇ ਨੇ ਹਾਂਜੀ ਬਾਈ ਕਾਲਾ ਵੀਰ ਕਿੱਥੇ ਜੀ ਕਾਲਾ ਸਾਰੀਆਂ ਮੌਜੂਦ ਜਾਸਤੀਆਂ ਨਾਲ ਜਾ ਵੜੋ ਫੋਟੋ ਕਰਾਉਣ ਵਾਸਤੇ ਪ੍ਰਭੂਰ ਜੀ ਇੱਕ ਮਿੰਟ ਜੀ ਸਮੁੱਚੀ ਟੂਰਨਾਮੈਂਟ ਕਮੇਟੀ ਪੰਚਾਇਤ ਗ੍ਰਾਮ ਪੰਚਾਇਤ ਸਾਰੇ ਜਾ ਵੜੋ ਹਾਂਜੀ ਪ੍ਰਭੂਰ ਜੀ ਇੱਕ ਮਿੰਟ ਜੀ ਉਹ ਹੈਗਾ ਬਲੇ ਰਹਿਣ ਦਾ ਕੋਈ ਫਿਕਰ ਨਾ ਕਰੋ ਕਾਲਾ ਜੀ ਤੁਸੀਂ ਕਿਹੜਾ ਆ ਕੇ ਮੈਚ ਹੋ ਲੈਣ ਦਿਓ ਆ ਜਾਓ ਸਾਰਾ ਕਰਾਂ ਮੈਂ ਖਾ ਜਾ ਜਾ ਬਾਈ ਗੁਰਜੀਤ ਜੀ ਆਪਣੇ ਬਾਈ ਨੂੰ ਲੈ ਕੇ ਕੋਈ ਨਾ ਆ ਜਾ ਭਈਆ ਆ ਜਾ ਮਿੱਤਰ ਮੰਡਲੀ ਸਾਰੇ ਲਿਓ ਬਾਈ ਕਾਲਾ ਜੀ ਵੱਲੋਂ ਇੱਕ ਵੱਡਾ ਹੋਰ ਹਲਾਣਾ ਜਿਹੜੀ ਟੀਮ ਜਿੱਤੀ ਉਹਨੂੰ ਨਾਮ ਤੋਂ ਅਲੱਗ 2100 ਰੁਪਇਆ ਹੋਰ ਦਿੱਤਾ ਜਾਊ ਮਾਰੋ ਤਾੜੀ ਵੀ ਇੱਕ ਵਾਰੀ ਜ਼ੋਰਦਾਰ ਆ ਜਿਹੜੀ ਮਾਰੋ ਵੀ ਤਾੜੀ ਕਾਲੇ ਵੀਰ ਵੱਲੋਂ ਜਿੱਥੇ ਉੱਪਰ ਦਾ ਨਾਮ 2100 ਰੁਪਇਆ ਹੋਰ ਦਿੱਤਾ ਜਾਣਾ ਜਿਹੜੀ ਟੀਮ ਇਹਨਾਂ ਦੇ ਵੀ ਜਿੱਤੀ ਚਾਹੇ ਮੁੰਡੇ ਗੁਮਟੀ ਵਾਲੇ ਜਿੱਤ ਜਾਣ ਚਾਹੇ ਬੁਰਜ ਦੁਨੀਆ ਵਾਲੇ ਜਿੱਤ ਜਾਣ ਸਾਡੇ ਮਿੱਤਰੋਂ ਲੈ ਵੀ ਨੌਜਵਾਨੋ ਜਿੱਥੇ ਵੱਡਾ ਪ੍ਰਾਈਜ਼ ਆ ਸਤਿਕਾਰਯੋਗ ਸਾਡੇ ਮਿੱਤਰ ਬਾਈ ਬਹੁਤ ਬਹੁਤ ਧੰਨਵਾਦ ਸਾਰੇ ਭਰਾ ਨੇ ਸਾਡੇ ਇਹਨਾਂ ਦੀ ਵੱਡੀ ਦੇਣ ਵੱਡਾ ਪਿਆਰ ਆ ਇਹਨਾਂ ਦੀ ਮਿੱਤਲ ਮੰਡਲੀ ਆ ਸਹਿਯੋਗ ਆ ਇਹਨਾਂ ਨੌਜਵਾਨਾਂ ਦਾ ਟੂਰਨਾਮੈਂਟ ਦੇ ਲਈ ਉਧਰ ਮੈਂ ਦੇਖਦਾ ਵੀ ਇੱਕ ਮਿੰਟ ਜਦੋਂ ਫਾਈਨਲ ਮੈਚ ਹੋ ਗਿਆ ਬਾਈ ਨਾਂ ਦੀ ਨਾਲ ਆਪਾਂ ਜਿਹੜਾ ਅਸਤਵਾਜੀ ਦਾ ਜਿਹੜਾ ਪ੍ਰੋਗਰਾਮ ਇਹ ਖੁਸ਼ੀ ਦੇ ਪਲ ਜਿਹੜੇ ਸਾਂਝੇ ਕਰਨੇ ਆ ਕੁਲਵੰਤ ਜਾਦਵਾਦੀਏ ਖਿਡਾਰੀਆਂ ਦੀ ਜੰਮਣ ਭੋਏ ਆ ਗੁਮਟੀ ਕਲਾਂ ਹਾਂਜੀ ਹਾਂਜੀ ਆ ਜਾਓ ਜੀ ਬੁਰਜ ਦੁਨੀਆਂ ਵਾਲੇ ਵੀ ਬੈਠ ਜਾਣ ਸਾਡੇ ਵੀਰ ਆ ਜਾਓ ਜੀ ਇੱਧਰ ਆ ਜਾਓ ਇੱਧਰ ਨਾਲ ਦੀ ਦਮਨ ਸਿੰਘ ਜੀ ਆ ਜਾਓ ਕਾਲਾ ਜੀ ਗੁਰਜੀਤ ਜੀ ਆ ਪਰਮਜੀਤ ਸਿੰਘ ਇੱਧਰ ਆ ਜਾਓ ਮੁੰਡੇ ਬੁਰਜ ਦੁਨੀਆਂ ਵਾਲੇ ਉਹਨਾਂ ਦੇ ਨਾਲ ਵੀ ਆਪਾਂ ਫੋਟੋ ਕਰਵਾਉਣੀ ਇੱਕ ਸਾਰੇ ਮਿੱਤਰ 70 ਵਰਗੇ ਬਾਈ ਡੂੰਗਰ ਵਰਗੇ ਸਾਰੇ ਆ ਜਾਓ ਗੁਰਜੀਤ ਪ੍ਰਧਾਨ ਜੀ ਆ ਜਾਓ ਉਰੇ ਨੂੰ ਆ ਜਾਓ ਗੁਰਜੀਤ ਜੀ ਆ ਜਾਓ ਫਾਈਨਲ ਮੈਚ ਜਿੱਤਣ ਵਾਲੀ ਟੀਮ ਨੂੰ 2100 ਰੁਪਇਆ ਬਾਈ ਕਾਲੇ ਵੱਲੋਂ ਜਿਹਨਾਂ ਵੱਲੋਂ ਓਪਨ ਦਾ ਪ੍ਰਾਈਜ਼ ਵੱਡੇ ਮਾਨ ਸਨਮਾਨ ਉਹਨਾਂ ਵੱਲੋਂ ਜਿਹੜਾ ਪ੍ਰਾਈਜ਼ ਦਿੱਤਾ ਜਾਊਗਾ ਬਹੁਤ ਬਹੁਤ ਧੰਨਵਾਦ ਸਾਡੇ ਮਿੱਤਰਾਂ ਦੇ ਠੀਕ ਹੈ ਜੀ ਵੱਡੇ ਜਿਹੜੇ ਮੈਚ ਉਧਰ ਖੁਸ਼ੀ ਦੇ ਪਲ ਆਤਸ਼ਬਾਜੀ ਚੱਲਦੀ ਦੋਸਤੋ ਇੱਥੇ ਰੱਖ ਇਹ ਆ ਗੁਮਟੀ ਕਲਾਂ ਦੀਆਂ ਖੇਡਾਂ ਸ਼ਾਬਾਸ਼
ਇਹ ਬਾਬਾ ਕਿਸ਼ਨ ਦਾਸ ਦੀ ਵੱਡੀ ਪਾਰ ਕਿਰਪਾ। ਇੱਕ ਵਾਰੀ ਬਾਬਾ ਕਿਸ਼ਨ ਦਾਸ ਦੇ ਨਾਂ ਦੇ ਆਪਾਂ ਤਾੜੀ ਮਾਰ ਦਈਏ ਜ਼ੋਰਦਾਰ ਸਾਰੇ ਜਾਣੇ। ਇਹ ਸਮਾਨ ਨੂੰ ਛੂੰਦੀਆਂ ਬੁਲੰਦੀਆਂ, ਕਿਉਂਕਿ ਅਸਮਾਨ ਦੇ ਵਿੱਚ ਇਹਦੇ ਬਾਅਦ ਫਾਈਨਲ ਮੈਚ ਦੀ ਸ਼ੁਰੂਆਤ ਨਾਂ ਦੀ ਨਾਲ ਹੀ ਕਰ ਦੇਣੀ ਆ। ਇਹ ਪੈਂਦੇ ਦੇਖ ਪਟਾਕੇ ਵਿੱਚ ਮੈਦਾਨਾਂ ਦੇ। ਹਾਂਜੀ ਇੱਧਰ ਤਿੰਨ ਮੋਟਰਸਾਈਕਲ ਵੀ ਖੜੇ ਆ, ਕਾਲੂ ਵੱਲੋਂ ਆਇਆ ਵੀ ਜੋ ਮਰਜ਼ੀ ਨਾਲ ਜਿਹੜਾ ਖਿਡਾਰੀ ਚੰਗਾ ਲੱਗੂ। ਬਹੁਤ ਬਹੁਤ ਧੰਨਵਾਦ ਜੀ ਕਾਲਾ ਸਾਡਾ ਵੀਰ, ਉਹਨਾਂ ਵੱਲੋਂ ਦਾਸ ਦੇ ਬੋਲਾਂ ਤੋਂ ਵੀ ਖੁਸ਼ ਹੋ ਕੇ ਵੱਡੇ ਮਾਨ ਸਨਮਾਨ ਆਇਆ, ਕਮੈਂਟਰੀ ਤੋਂ ਖੁਸ਼ ਹੋ ਕੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਵੀਰ ਕਾਲਾ ਜੀ ਵੱਲੋਂ ਵੱਡੇ ਮਾਨ ਸਨਮਾਨ ਬੋਲਾਂ ਤੋਂ ਖੁਸ਼ ਹੋ ਗਏ, ਉਹਨਾਂ ਦਾ ਵੀ ਧੰਨਵਾਦ ਜੀ। ਤੇ ਕੱਲ ਨੂੰ ਤਿੰਨ ਪਲੇ ਜਿੰਨੇ ਵੀ ਦੇਣੇ ਆ ਉਹ ਆਉਣ ਵਾਲੇ ਸਮੇਂ ਨੇ ਦੱਸਣਾ। ਲਓ ਜੀ ਮੈਚ ਸ਼ੁਰੂ ਹੋ ਗਿਆ, ਬਹਿ ਜਾਓ ਬਾਈ, ਬਹਿ ਜਾਓ। ਨਜ਼ਾਰਾ ਵੇਖਿਆ, ਨਜ਼ਾਰਾ ਇਹੋ ਜਿਹਾ ਕਿਤੇ ਵੇਖਿਆ ਬਥੇਰੇ ਨਜ਼ਾਰਾ ਨਜ਼ਾਰਾ। ਇਹ ਐਵੇਂ ਨੀ ਕਹਿੰਦੇ ਹੁੰਦੇ ਭਰਪੂਰ ਸਿੰਘ ਜੀ, ਨਜ਼ਾਰਾ ਆਈ ਜਾਂਦਾ ਨਜ਼ਾਰਾ ਜਾਈ ਜਾਂਦਾ। ਲੈ ਵੀ ਗੁਮਟੀ ਵਾਲਿਓ 2100 ਰੁਪਇਆ ਲੱਗ ਦਿੱਤਾ ਜਾਊ, ਬੱਲੇ 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 ਬੱਲੇ। ਇਹ ਸ਼ਾਵਾਂ ਪਟਾਕੇ ਆਏ ਆ, ਹਾਂ ਵਾਹ ਆਟੋਮੈਟਿਕ ਸੁੱਚ ਲਾਈ ਵੀ ਹੈ ਕਲਵੰਤ ਸਾਡਾ ਵੀਰ। ਹਾਂਜੀ ਮਾੜਾ ਪਿੱਛੇ ਹੋ ਜਾਓ ਸਾਰੇ ਵੀਰ ਬਣ ਕੇ ਪਲੀਜ਼। ਗੱਗੀ ਜੀ ਗੱਗੀ ਵੀਰ ਮਲੇ ਬਾਈ ਬਹਿ ਜਾ ਵੀਰ ਪਿੱਛੇ ਹੋ ਜਾਓ, ਮਨ ਮਾਨ ਤੇ ਮੈਚ ਹੁੰਦਾ ਏ ਬਾਈ ਜੀ। ਲੱਗਦਾ ਜਿਨ੍ਹਾਂ ਦਾ ਉਹਨਾਂ ਨੂੰ ਪਤਾ ਹੁੰਦਾ ਕਲਵੰਤ ਸਾਰਿਆਂ ਨੂੰ ਪਿੱਛੇ ਕਰਦੇ ਯਾਰ। ਹਾਂਜੀ ਹਾਂਜੀ ਉਧਰ ਮਲੇਸ਼ੀਆ ਵਾਲੇ ਗੱਗੀ ਵੱਲੋਂ ਦੋਨੇ ਟੀਮਾਂ ਦੇ ਲਈ 100-100 ਰੁਪਇਆ, ਕਬੱਡੀ 365 ਨਾਲ ਜੁੜੇ ਹੋਏ ਆ। ਇਹ ਜ਼ੋਰ ਲੱਗਦਾ ਲੈ ਵੀ ਗੁਮਟੀ ਵਾਲਿਓ ਤੁਸੀਂ ਵੀ ਮੁੰਡੇ ਹੋ, ਘੱਟ ਨਹੀਂ ਦੇ ਬੁਰਜ ਦੁਨੀਆਂ ਵਾਲਿਓ ਤੁਹਾਡੀ ਵੀ ਪੂਰੀ ਚਰਚਾ ਗਈ। ਹਾਂਜੀ ਬਿੱਟੂ ਕੂਕਾ ਜੀ ਉਹਨਾਂ ਵੱਲੋਂ ਦੋਨੇ ਟੀਮਾਂ ਦੇ ਲਈ 100-100 ਰੁਪਇਆ, ਗੱਗੀ ਮਲੇਸ਼ੀਆ ਜੀ ਬਿੱਟੂ ਕੂਕਾ ਜੀ ਉਹਨਾਂ ਵੱਲੋਂ ਦੋਨੇ ਟੀਮਾਂ ਦੇ ਲਈ 100-100 ਰੁਪਇਆ ਆ। ਬਹੁਤ ਬਹੁਤ ਧੰਨਵਾਦ ਆ ਕਬੱਡੀ ਦੇ ਮੈਚ ਆ। ਹੁਣ ਮੈਂ ਦੇਖਦਾ ਵੀ ਰੱਸਾ ਕਸੀ ਦਾ ਫਾਈਨਲ ਮੈਚ ਆ, ਇੱਕ ਪਾਸੇ ਜ਼ੋਰ ਉਧਰ ਅਸਤਬਾਜੀ ਹੋ ਰਹੀ ਆ। ਸਾਡੇ ਦਰਸ਼ਕ ਵੀਰ ਲਾਵੀ ਕਾਦਲ ਤੂੰ ਨਾ ਪਿੱਛੇ ਡਿੱਗ ਪਈ ਮੈਨੂੰ ਡਰ ਆ। ਹਾਂਜੀ ਸਰਦਾਰ ਮਲਕੀਤ ਸਿੰਘ ਵੱਲੋਂ ਤੈਨੂੰ 100 ਰੁਪਇਆ ਆ ਗਿਆ, ਕਮੈਂਟਰੀ ਤੋਂ ਖੁਸ਼ ਹੋ ਕੇ। ਹਾਂਜੀ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਵੱਲੋਂ ਦਾਸ ਦੇ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਨ ਸਨਮਾਨ ਆ। ਬੜਾ ਪਿਆਰਾ ਕਿਉਂਕਿ ਜਿਹੜੀ ਮਰਜ਼ੀ ਟੀਮ ਜਿੱਤ ਜੇ, ਕਿਉਂਕਿ ਤੁਸੀਂ ਦੋਨੇ ਨਾਮ ਦੇ ਹੱਕਦਾਰ ਹੋ। ਪੱਪਾ ਦਾ ਜ਼ੋਰ ਲੱਗਿਆ ਪਿਆ, ਮੁੜਕੋ ਮੁੜਕੀ ਹੋਏ ਪਏ ਨੇ, ਕਦੇ ਉਹ ਖਿੱਚਦੇ ਆ ਕਦੇ ਉਹ ਖਿੱਚਦੇ ਆ। ਬੱਲੇ ਬੱਲੇ ਹੋ ਗਈ ਹੈ, ਪਿੰਡ ਵਾਲੇ ਪਾਸੇ ਬੁਰਜ ਦੁਨੇ ਵਾਲੇ ਆ, ਖੇਤਾਂ ਵਾਲੇ ਪਾਸੇ ਆਪਣੇ ਪਿੰਡ ਵਾਲੇ ਆ, ਮੰਡੀ ਵਾਲੇ ਪਾਸੇ ਬੁਰਜ ਦੁਨੇ ਵਾਲੇ। ਤੁਸੀਂ ਕੋਚ ਆ ਗੁਮਟੀ ਦੀ ਟੀਮ ਦੇ, ਆਪ ਖੁਦ ਕੋਚ ਹੋ ਤੁਸੀਂ। ਹਾਂਜੀ ਇਹ ਬੁੱਢੇ ਜਿਹੜੇ ਬਹੁਤ ਬਹੁਤ ਧੰਨਵਾਦ ਸਾਡੇ ਮਿੱਤਰਾਂ ਦੇ। ਇਹ ਬੱਲੇ ਬੱਲੇ ਹੋ ਗਈ ਹੈ ਮਿੱਤਰੋ, ਬੱਲੇ ਬੱਲੇ ਹੋ ਗਈ ਹੈ ਮਿੱਤਰੋ, ਕਿਉਂਕਿ ਭਰਪੂਰ ਸਿੰਘ ਜੀ ਰੱਸਾ ਹਜੇ ਅੱਧਾ ਕਿੰਚ ਹਿੱਲਿਆ ਗਾ, ਅੱਧਾ ਕਿੰਚ ਹਿੱਲਿਆ ਗਾ। ਉਧਰ ਅਸਤਬਾਜੀ ਹੋ ਰਹੀ ਹੈ, ਰੌਣਕਾਂ ਲੱਗ ਰਹੀ ਨੇ, ਬੱਚੇ ਆਨੰਦ ਮਾ ਰਹੇ ਆ। ਰਾਜੇ ਵੱਲੋਂ ਜੀ ਕਲਵੰਤ, ਹਾਂਜੀ ਜੇ ਚੇਲਾ ਸਾਹਮਣੇ ਦੁਕਾਨ ਵੱਲ ਨਾ ਬੰਨ ਤੇ ਚਾੜ ਦਿੰਦਾ ਹੁੰਦਾ। ਹਾਂਜੀ ਠੀਕ ਹੈ ਜੀ, ਬਿਲਕੁਲ ਬਿਲਕੁਲ। ਇਧਰ ਬੁਰਜ ਦੁਨੀਆਂ ਵਾਲੇ ਮੁੰਡੇ ਆ, ਉਹ ਗੱਲ ਉਹ ਬਣ ਗਈ ਆ। ਭਰਪੂਰ ਸਿੰਘ ਜੀ ਕਹਿੰਦੇ ਹੁੰਦੇ ਆ ਬਾਪੂ ਦੇ ਪੁੱਤ ਵੋਟਾਂ 'ਚ ਖੜੇ ਹੋ ਗਏ, ਉਹ ਕਹਿੰਦੇ ਹੁੰਦੇ ਜੇ ਬਾਪੂ ਜਿੱਤ ਗਿਆ ਤਾਂ ਵੀ ਟੌਰ ਬਣ ਜੂ, ਜੇ ਪੁੱਤ ਜਿੱਤ ਗਿਆ ਤਾਂ ਵੀ ਟੌਰ ਬਣ ਜੂਗਾ। ਠੀਕ ਹੈ ਗੱਲ। ਹਾਂਜੀ ਮੈਂ ਸਰਪੰਚ ਦਾ ਪਿਆ, ਗੁਰੂ ਚੇਲਿਆਂ ਦਾ ਮੈਚ ਲੱਗਿਆ ਜੇ ਜਿੱਤ ਗਏ ਤਾਂ ਵੀ ਤਾਂ। ਭਾਈ ਬਹਿ ਜਾਓ, ਇਹ ਜ਼ੋਰ ਲੱਗਿਆ ਬੁਰਜ ਦੁਨੇ ਵਾਲੇ, ਇੱਧਰ ਰਾਜੇ ਵਰਗੇ ਮੁੰਡੇ ਨੇ ਆ ਮੁਕਾਬਲਾ। ਬੈਠੋ ਬਾਈ ਬੈਠੋ ਸਾਰੇ, ਪਹਿਲਾਂ ਬੈਠ ਜਾਓ ਬਹਿ ਜਾਓ ਬਹਿ ਜਾਓ। ਦੋਨੋਂ ਹਲਵੇ ਦੀਆਂ ਮੰਨੀਆਂ ਹੋਈਆਂ ਟੀਮਾਂ, ਬੱਲੇ 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 ਬੱਲੇ। ਇੱਕ ਪਾਸੇ ਬੁਰਜ ਦੁਨੇ ਵਾਲੇ ਆ, ਉਧਰ ਮੁੰਡੇ ਆਪਣੇ ਪਿੰਡ ਵਾਲਿਆ, ਪਹਿਲਾ ਰਾਉਂਡ ਬੁਰਜ ਦੁਨੇ ਨੇ ਜਿੱਤ ਲਿਆ। ਇੱਕ ਬਾਲਾ ਲੈ ਗਏ ਜੀ, ਇੱਕ ਬਾਲਾ ਲੈ ਕੇ ਗਈ ਬੁਰਜ ਦੁਨੇ ਹਿੱਸੇ ਗਿਆ ਇੱਕ ਬਾਲਾ। ਵਾਹ ਓਏ ਮੁੰਡਿਓ, ਪਹਿਲਾ ਜਿਹੜਾ ਰਾਉਂਡ ਆ ਬੁਰਜ ਦੁਨੇ ਦੇ ਹਿੱਸੇ ਦੇ ਵਿੱਚ ਆ ਗਿਆ। ਮੈਂ ਤਾਂ ਕਹਿੰਦੇ ਚੇਲੇ ਨਾ ਮਾਨ ਜਾਣ ਬੁਰਜ ਦੁਨੇ ਵਾਲਿਓ, ਨਾ ਗੁਰੂ ਦਾ ਗੁਰੂ ਹੀ ਹੁੰਦਾ ਜੀ। ਹਾਂਜੀ ਕੋਈ ਨਾ ਕੋਈ ਨਾ ਮੁਕਾਬਲਾ ਵਧੀਆ ਦੋਨੇ ਟੀਮਾਂ ਦਾ। ਦੋਨੇ ਟੀਮਾਂ ਦੇ ਲਈ ਮੈਂ ਬਹੁਤ ਬਹੁਤ ਧੰਨਵਾਦ। ਗੁਮਟੀ ਦੀ ਟੀਮ ਦਾ ਮੇਰੇ ਕੋਲ 300 ਰੁਪਏ। ਦਮਨ ਸਿੰਘ ਜੀ ਆ ਗਿਆ ਨਜ਼ਾਰਾ ਮੈਚ ਵੇਖਣ ਦਾ, ਆ ਗਿਆ ਜੀ ਆ ਗਿਆ। ਇਸ ਪਾਲ ਆ ਜਿਵੇਂ ਬੁਲਾਰੇ ਕਹਿੰਦੇ ਹੁੰਦੇ ਆ ਨਾ,
ਭਰਪੂਰ ਸਿੰਘ ਜੀ ਨਜ਼ਾਰਾ ਆਈ ਜਾਂਦਾ ਤੇ ਨਜ਼ਾਰਾ ਜਾਈ ਜਾਂਦਾ, ਇਹ ਨਜ਼ਾਰਾ ਆਈ ਵੀ ਜਾਂਦਾ ਨਜ਼ਾਰਾ ਜਾਈ ਵੀ ਜਾਂਦਾ। ਧੰਨਵਾਦ ਮਿੱਤਰਾਂ ਦੇ ਸਾਡੇ ਦਾਨੀ ਸੱਜਣ ਵੀਰਾਂ ਸਾਰੇ, ਕਿਉਂਕਿ ਇੱਥੇ ਕਲਵੰਸਿਆਂ ਹਾਂਜੀ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਵਾਲੀ ਗੱਲ ਹੈ। ਬਿਲਕੁਲ ਜੀ ਬਿਲਕੁਲ ਬਾਈ, ਬਾਕੀ ਮਾੜਾ ਸ਼ਰਤ। ਹਾਂਜੀ ਅੰਕਲ ਜੀ, ਬਿੱਕਰ ਸਿੰਘ ਜੀ ਮੈਂਬਰ ਸਾਹਿਬ ਉਹਨਾਂ ਵੱਲੋਂ ਦੋਨੇ ਟੀਮਾਂ ਦੇ ਲਈ 100-100 ਰੁਪਇਆ, ਬਿੱਕਰ ਸਿੰਘ ਜੀ ਮੈਂਬਰ ਉਹਨਾਂ ਵੱਲੋਂ ਦੋਨੇ ਟੀਮਾਂ ਦੇ ਲਈ 100-100 ਰੁਪਇਆ ਆਊਗਾ। ਕਾਲਾ ਬਾਈ ਕਹਿੰਦਾ 2100 ਲੱਗ ਦੇਣਾ, ਇਹ ਜਿਹੜਾ 2100 ਵਾਲਾ ਜਿਹੜਾ ਪਹਿਲਾ ਸਨਮਾਨ ਹੋਇਆ ਨਾ ਟੀਵੀ ਨਾਲ ਕਲਵੰਸਿਆਂ, ਤੇਰਾ ਇੱਥੇ ਜੰਡ ਸਾਹਿਬ ਦੀ ਧਰਤੀ ਤੇ ਆ। ਹਾਂਜੀ ਸਰਦਾਰ ਮਲਕੀਤ ਸਿੰਘ ਮੇਰੇ ਕੋਲੇ ਬੈਠੇ ਆ, ਉਹ ਮਿੱਤਰ ਜੀ ਆਪਣੇ, ਉਹਨਾਂ ਵੱਲੋਂ ਕੀਤਾ ਗਿਆ ਸੀ। ਬਿਲਕੁਲ ਜੀ, ਸਾਡਾ ਵੀਰ ਇੰਗਲੈਂਡ ਤੋਂ ਬਿੰਦ ਸਿੰਘ ਜੀ ਉਹਨਾਂ ਵੱਲੋਂ ਦੋਨੇ ਟੀਮਾਂ ਦੇ ਲਈ 100-100 ਰੁਪਏ ਦਾ ਪ੍ਰਾਈਜ਼ ਆ। ਬਹੁਤ ਬਹੁਤ ਧੰਨਵਾਦ ਜੀ, ਕਿਉਂਕਿ ਬਾਈ ਮਲਕੀਤ ਪ੍ਰਾਪਰਟੀ ਸਾਡੀ ਜ਼ਿੰਦਗੀ ਦਾ ਜੀ, ਮੈਂ ਤਾਂ ਪਹਿਲੀ ਵਾਰ ਮੈਨੂੰ ਟੀਵੀ ਦੇ ਨਾਲ ਫਿਰ ਵਾਹਿਗੁਰੂ ਦੀ ਭਰਪੂਰ ਸਿੰਘ ਜੀ ਇੱਦਾਂ ਕਿਰਪਾ ਹੋਈ। ਟੀਵੀ ਮੋਟਰਸਾਈਕਲ ਐਲ ਸੀਡੀਆਂ ਵਾਸ਼ ਮਸ਼ੀਨਾਂ ਇਹ ਤੁਹਾਡੇ ਵਰਗੇ ਗੁਰੂਆਂ ਦੀ ਦੇਣ ਆ। ਬਾਈ ਮਲਕੀਤ ਦਾ ਬਹੁਤ ਬਹੁਤ ਧੰਨਵਾਦ ਆ, ਸਦਾ ਜ਼ਿੰਦਗੀ ਦੇ ਵਿੱਚ ਹੁਣ ਸਾਲ ਆ ਵੀ ਇਸ ਨੌਜਵਾਨ ਦਾ ਸਦਾ ਮੈਂ ਰਹਿਣੀ ਰਹੂੰਗਾ। ਉਹ ਘਰੇ ਲੜਾਈ ਤਾਂ ਨਹੀਂ ਪੈਂਦੀ ਕਿਤੇ ਤਸਵੀਰਾਂ ਬੋਲਦੀਆਂ? ਨਾ ਜੀ ਨਾ ਜੀ, ਇਹ ਕਿਰਪਾ ਜੀ ਤੁਹਾਡੀ ਸਾਰੀ। ਵੇਂਦੀ ਵੇਂਦੀ ਚਿੱਤਰਕਾਰ, ਹਾਂਜੀ ਹਾਂਜੀ, ਚੁੱਲ੍ਹੇ ਤੇ ਸਬਜ਼ੀ ਸਾੜੇਗੀ। ਹਾਂਜੀ ਉਧਰ ਮਾਨਯੋਗ ਸਾਡੇ ਕਬੱਡੀ ਖਿਡਾਰੀ ਜੀਵਨ ਦੇ ਦਾਦਾ ਜੀ ਬੋਲੋ, ਦੋਨੇ ਟੀਮਾਂ ਦੇ ਲਈ 100-100 ਰੁਪਏ ਦਾ ਪ੍ਰਾਈਜ਼ ਹੈ ਜੀ। ਬਹੁਤ ਬਹੁਤ ਧੰਨਵਾਦ ਜੀ, ਜੀਵਨ ਦੀ ਜਾਨ ਦੇ ਵਿੱਚ 100-100 ਰੁਪਏ ਉਹਨਾਂ ਦੇ ਦਾਦਾ ਜੀ ਮਾਨਯੋਗ ਸਰਦਾਰ। ਉਹ ਬਾਈ ਜੀ ਬੈਠ ਜਾਓ ਸਾਰੇ ਬੰਦੇ ਨਾ ਪਾਸੇ ਵਾਲੇ, ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਯਾਰ, ਪੋਲਾ ਡੋਰੀ ਵਾਲਾ ਜੀ ਹੱਥ ਬੰਨ ਕੇ ਬੇਨਤੀ ਹੈ, ਨਜ਼ਾਰਾ ਵੇਖ ਲੈਣਾ 100 ਰੁਪਏ ਗੁਮਟੀ ਦੀ ਟੀਮ ਨੂੰ ਪੋਲਾ ਡੋਰੀ ਵਾਲਾ ਜੀ। ਆ ਦੇਖੋ ਦਰਸ਼ਕਾਂ ਨੇ ਰੋਟੀ ਨਹੀਂ ਖਾਧੀ ਹਜੇ ਜਾ ਕੇ। ਬਾਜੋ 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 ਬਾਜੋ, ਕਿਉਂ ਪੀਤਿਆ ਲੱਗਦਾ ਜੰਡਸਿਆਂ ਤੱਕਲਾ ਨਜ਼ਾਰਾ, ਇਹ ਤੱਕਲਾ ਨਜ਼ਾਰਾ ਮੁੰਡਿਆ ਖਿੱਚ ਹੋਏ ਨੌਜਵਾਨਾਂ। ਇੱਕ ਤਾਂ ਗੱਲ ਹੈਗੀ ਆ ਭਰਪੂਰ ਸਿੰਘ ਜੀ, ਉਹ ਭਾਈ ਆ ਜਿਹੜਾ ਹਾਰਨਾ ਨਾ ਇਹਨੂੰ ਘੁਮਾਓ ਨਾ ਪਲੀਜ਼ ਹੱਥ ਬੰਨ ਕੇ ਬੇ। ਬੱਲੇ 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 ਹੋ ਗਈ ਹੈ, ਹਾਂ ਇੱਕ ਪਾਸੇ ਗੁਰੂ ਇੱਕ ਪਾਸੇ ਚੇਲੇ, ਹੁਣ ਦੇਖਦਾ ਗੁਮਟੀ ਵਾਲਿਆਂ ਦਾ ਵੀ ਪੂਰਾ ਜ਼ੋਰ ਲੱਗਿਆ ਵਾ, ਬੱਬਾ ਦੇ ਭਾਰ ਹੋਏ ਪਏ ਨੇ ਬੁਰਤ ਦੇ ਵਾਲੇ ਕਹਿੰਦੇ ਨਿਕਲਦੇ ਲੱਗਦੇ ਹੱਥਾਂ ਚੋਂ। ਇਹ ਮੈਨੂੰ ਲੱਗਦਾ ਦੇਵ ਨਾ ਡਿੱਗ ਪਏ ਪਿੱਛੇ ਦੇਵ, ਇਹ ਬੱਲੇ 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 ਸ਼ਾਬਾਸ਼, ਬੁਰਜ ਦੁਨਾ ਫਸਟ ਗੁਮਟੀ ਸੈਕਿੰਡ, ਮਾਰ ਦੋ ਤਾੜੀ ਜੀ। ਲਓ ਜੀ ਨਾਮ ਲੈ ਗੁਰੂ ਹੁੰਦੇ ਕੰਤਿਆ ਛੋਟਾ ਪ੍ਰਾਈਜ਼ ਆ, ਥੈਂਕ ਯੂ ਬਾਈ ਵਧਾਈਆਂ, ਆਹ ਛੋਟਾ ਨਾਮ ਆ ਜੀ ਸਾਰਾ, ਇੱਕ ਮੁੰਡੇ ਗੁਮਟੀ ਵਾਲੇ ਆ ਜਾਣ, ਲੈ ਵੀਰਾ ਛੋਟਾ ਸੋਹਣਾ ਸਾਰਾ ਪ੍ਰਾਈਜ਼ ਆ। ਬਹੁਤ ਬਹੁਤ ਧੰਨਵਾਦ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਾਡੇ ਮਿੱਤਰ ਬਾਈ ਜੀਤੇ ਵਰਗੇ, ਕਿਉਂ ਜੀ ਗਾਂਦਲ ਇੱਕ ਵਾਰੀ ਤਾੜੀ ਮਾਰ ਦੋ ਜੇ ਮੈਚ ਵਧੀਆ ਲੱਗੇ ਰੱਸਾ ਕਸੀ ਦਾ, ਇਸ ਇਲਾਕੇ ਦਾ ਮਾਨ, ਬਹੁਤ ਬਹੁਤ ਧੰਨਵਾਦ। ਬਾਕੀ ਹੁਣ ਜਿਹੜਾ ਇੱਕੋ ਜਿਹੜਾ ਫਾਈਨਲ ਮੈਚ ਹੈ ਕਰਵਾਇਆ ਜਾਣਾਗਾ, ਰੱਸਾ ਸਾਈਡ ਤੇ ਕਰ ਦਿਓ ਜੀ ਮਾੜਾ ਜਿਹਾ, ਫਾਈਨਲ ਮੈਚ ਹੈ ਇਸ ਤੋਂ ਬਾਅਦ ਬਣਾਵਾਲੀ ਦੀ ਟੀਮ ਤੇ ਭਾਈ ਰੁਪੇ ਦਾ। ਲੈ ਵੀ ਬੁਰਜ ਦੁਨੇ ਵਾਲੋ ਤੁਹਾਨੂੰ ਵੀ ਵਧਾਈਆਂ ਤੇ ਗੁਮਟੀ ਵਾਲਿਆਂ ਨੂੰ ਵੀ ਵਧਾਈਆਂ, ਠੀਕ ਹੈ ਜੀ। ਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ ਸੀ ਦੋਨਾਂ ਟੀਮਾਂ ਨੇ, ਦੋਨੋਂ ਟੀਮਾਂ ਵਧਾਈ ਦੀਆਂ ਪਾਤਰੋਂ, ਗੁਰੂ ਚੇਲਾ ਹੀ ਸੀ ਆਪਸ ਵਿੱਚ ਤੁਸੀਂ। ਬਹੁਤ ਬਹੁਤ ਧੰਨਵਾਦ ਜੀ, ਗੁਰੂ ਗੁਰੂ ਹੁੰਦਾ ਤੇ ਚੇਲਾ ਚੇਲਾ ਹੁੰਦਾ ਜੀ, ਕਿਉਂ ਜੀ ਭਰਪੂਰ ਸਿੰਘ ਜੀ ਠੀਕ ਹੈ ਜੀ ਕੰਮ। ਇਹ ਜੀ ਭਾਈ ਰੂਪੇ ਦੀ ਟੀਮ ਤੇ ਬਣਾਵਾਲੀ ਦਾ ਫਾਈਨਲ ਮੈਚ ਅਮਣੀ, ਭਾਈ ਰੂਪਾਂ ਦੇ ਬਣਾਵਾਲੀ। ਕੋਈ ਨਾ ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਮਿੱਤਰ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਵੱਡੇ ਮਾਨ ਸਨਮਾਨ ਕਰਦੇ ਨੇ, ਬੋਲਾਂ ਤਾਂ ਖੁਸ਼ ਕੇ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸਾਡੇ ਗੱਗੀ ਵੀਰ ਮਲੇਸ਼ੀਆ ਤੋਂ ਸਤਿਕਾਰਯੋਗ ਮਿੱਤਰ ਆ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਹਾਂਜੀ ਕਾਲੇ ਵੱਲੋਂ ਬਾਈ ਕਾਲੇ ਵੱਲੋਂ 2100 ਰੁਪਇਆ ਜੇਤੂ ਟੀਮ ਨੂੰ ਪ੍ਰਾਈਜ਼ ਦਿੱਤਾ, ਬਹੁਤ ਬਹੁਤ ਧੰਨਵਾਦ, ਫਸਟ ਪ੍ਰਾਈਜ਼ ਆ ਬਾਹੇ ਮੁੰਡਿਓ, ਬਹੁਤ ਬਹੁਤ ਧੰਨਵਾਦ, ਵੱਡੇ ਮਾਨ ਸਨਮਾਨ ਵੀ ਦੱਸ ਕੇ ਬੋਲੋ ਤਾਂ ਖੁਸ਼ ਹੋ ਕੇ ਵੀ ਆਇਆ ਸਾਰੇ ਮਿੱਤਰਾਂ ਦਾ, ਫਸਟ ਟੀਮ ਵਧਾਈ ਦੇ ਮਾਤਰ ਵਾਹਿਗੁਰੂ ਕਰੇ ਕਿ ਇਸੇ ਤਰ੍ਹਾਂ ਬੁਰਜ ਦੁਨੀਆਂ ਦਾ ਸਦਾ ਟਾਪ ਦੇ ਵਿੱਚ, ਮੁੰਡੇ ਗੁਮਟੀ ਵਾਲੇ ਵੀ ਟਾਪ ਦੇ ਵਿੱਚ, ਕਿਉਂਕਿ ਫਾਈਨਲ ਆ ਇੱਥੇ ਜਿੱਤ ਹਾਰ ਦੋਨੇ ਟੀਮਾਂ ਦੀ ਹੁੰਦੀ ਆ, ਇੱਥੇ ਪ੍ਰਾਈਜ਼ ਦਾ ਜਿਹੜਾ ਕੰਪੀਟੀਸ਼ਨ ਹੋ ਜਾਂਦਾ ਗਾ ਇੱਥੇ ਆ ਗਏ, ਕਿਉਂਕਿ ਟੀਮ ਫਸਟ ਪ੍ਰਾਈਜ਼ ਤੇ ਸੈਕਿੰਡ ਪ੍ਰਾਈਜ਼ ਦੇ ਹੱਕਦਾਰ ਬੰਦੀ ਆ, ਦੋ ਦੋ ਤਿੰਨ ਤਿੰਨ ਟੀਮਾਂ ਨੂੰ ਮਾਤ ਪਾ ਕੇ ਬਹੁਤ ਬਹੁਤ ਧੰਨਵਾਦ ਵਧਾਈਆਂ ਹੋਣ, ਤੇ ਉੱਥੇ
ਫਸਟ ਪ੍ਰਾਈਜ਼ ਤੇ ਨਾਲ ਠੀਕ ਹੈ ਬਾਈ ਥੈਂਕ ਯੂ ਬਾਈ ਵਧਾਈਆਂ ਬਹੁਤ ਬਹੁਤ ਧੰਨਵਾਦ ਸਾਡੇ ਮਿੱਤਰਾਂ ਦੇ ਬਹੁਤ ਵਧੀਆ ਟੀਮਾਂ ਲਾ ਕੇ ਦੇ ਵੀ ਵੱਡਾ ਨਾਮ ਹਾਂਜੀ ਪ੍ਰਾਈਜ਼ ਵੀ ਇਹਨਾਂ ਦਾ ਸੈਕਿੰਡ ਪ੍ਰਾਈਜ਼ ਦੇ ਮੁੰਡੇ ਗੁਮਟੀ ਵਾਲੇ ਗਿੱਧੇ ਆ ਜਾਓ ਉਧਰ ਮੈਚ ਚੱਲ ਰਿਹਾ ਫਾਈਨਲ ਮੈਚ ਜੀ ਸ਼ੁਰੂ ਕਰਾ ਦੇ ਮੈਚ ਦਾ ਚੱਲ ਰਿਹਾ ਜੀ ਸੈਕਿੰਡ ਮੈਚ ਬਹਿ ਜਾਓ ਬਾਈ ਮਨਦੀਪ ਦਾ ਕਾਲੂ ਵਿਸ਼ੇਸ਼ ਤੌਰ ਤੇ ਟੀਮ ਵੱਲੋਂ ਸਨਮਾਨ ਹੋਣਾ ਬਾਈ ਗੀਤਾ ਮਾਟਾ ਬਲਕਾਰਨ ਰਾਜਾ ਸਾਡੇ ਵੀਰ ਸਾਰੇ ਮੁੰਡੇ ਆ ਜਾਓ ਵੀ ਜਿੰਨੇ ਵੀ ਹੈਗੇ ਆ ਭੋਲੇ ਵਰਗੇ ਠੀਕ ਹੈ ਬਹਿ ਜਾਓ ਸਾਰੇ ਮੁੰਡੇ ਜੱਗੇ ਵਰਗੇ ਭਾਈ ਸਾਰੇ ਮਿੱਤਰਾਂ ਪੁਰਾਣੀ ਕਬੱਡੀ ਖਿਡਾਰੀ ਆ ਡੂੰਗਰ ਸਿੰਘ ਜੀ ਦਮਨ ਸਿੰਘ ਜੀ ਮਾਣਯੋਗ ਬਹਿ ਜਾਓ ਆ ਬੱਚਿਆਂ ਨੂੰ ਵੀ ਬਾਲੋ ਖਾਂਦਲ ਬਾਲ ਕੋਈ ਨਾ ਇਹ ਪੜੀਰੀ ਆਪਣੀ ਬਹਿ ਜਾਓ ਸ਼ਾਬਾਸ਼ ਬਾਲੇ ਨੀ ਹੋਣਾ ਤੁਸੀਂ ਆ ਜਾ ਤੂੰ ਬਹਿ ਜਾ ਬਸ ਬਾਲੇ ਨਾ ਯਾਰ ਮੈਂ ਤਾਂ ਮਖਾਲ ਚ ਡਾਲਾ ਮਾਰਤਾ ਸੀ ਬਹਿ ਜਾਓ ਸ਼ਾਬਾਸ਼ ਉਧਰ ਮਾਨ ਸਨਮਾਨ ਹੋਵੇ ਕੋਈ ਨਾ ਜੀ ਫੋਟੋ ਖਿੱਚ ਲਓ ਉਹਨਾਂ ਬੱਚਿਆਂ ਦੀ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਭਾਈ ਇਹਨਾਂ ਦੀਆਂ ਰਾਹਾਂ ਤੇ ਚੱਲੋ ਤੁਸੀਂ ਠੀਕ ਹੈ ਐਵੇਂ ਨਾ ਬਾਲਾ ਝਾਕਿਆ ਕਰੋ ਕ੍ਰਿਸ਼ਮਾ ਕਪੂਰ ਕੰਨੀ ਰਸਾ ਕਸੀ ਖਿੱਚਿਆ ਕਰੋ ਕਬੱਡੀ ਖੇਡਿਆ ਕਰੋ ਵਧੀਆ ਗੇਮ ਦਾ ਪ੍ਰਦਰਸ਼ਨ ਕਰਿਆ ਕਰੋ ਠੀਕ ਹੈ ਜੀ ਬਹੁਤ ਬਹੁਤ ਸਿੱਖੀ ਨਾਲ ਜੁੜ ਕੇ ਰਿਹਾ ਕਰੋ ਬਹੁਤ ਬਹੁਤ ਤਾਰੀ ਬਾਰੇ ਪੁੱਛਾ ਵਾ ਠੀਕ ਹੈ ਜੀ ਉਧਰ ਮੈਂ ਚੱਲ ਰਿਹਾ ਗੱਗੀ ਮਲੇਸ਼ੀਆ ਦੇ ਗੁਰਪ੍ਰੀਤ ਸਿੰਘ ਜੀ ਮਲੇਸ਼ੀਆ ਉਹਨਾਂ ਵੱਲੋਂ ਸਾਰੀ ਗ੍ਰਾਮ ਪੰਚਾਇਤ ਦਾ ਤੇ ਸਾਡੇ ਵੀਰ ਗੁਰਜੀਤ ਸਿੰਘ ਜੀ ਪ੍ਰਧਾਨ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਇੱਧਰ ਫਾਈਨਲ ਮੈਚ ਸ਼ੁਰੂ ਹੋ ਰਿਹਾ ਹੈਗਾ ਜਿੱਥੇ ਆਪਾਂ ਵੇਖ ਰਹੇ ਹਾਂ ਕੋਈ ਨਾ ਬਲਕਰਨ ਸਾਈਡ ਤੇ ਮਾੜਾ ਇੱਧਰ ਫਾਈਨਲ ਮੈਚ ਭਾਈ ਰੂਪੇ ਦੇ ਬਣਾ ਵਾਲੀ ਦੀ ਟੀਮ ਦਾ ਆਪਾਂ ਮੈਚ ਜਿਹੜਾ ਵੇਖ ਰਹੇ ਹਾਂ ਆਓ ਜੀ ਭਰਪੂਰ ਸਿੰਘ ਜੀ ਇੱਥੇ ਕਬੱਡੀ ਦੇ ਆਪਾਂ ਮੈਚਾਂ ਦਾ ਆਨੰਦ ਮਾ ਰਹੇ ਹਾਂ ਇਹ ਲਾਸਟ ਮੈਚ ਬਾਕੀ ਮੈਚ ਸੁਬਾਹ ਜਿਹੜੇ ਕਰਵਾਏ ਜਾਣਗੇ ਹਾਂ ਵੀ ਮਣੀ ਬਾਈ ਜੀ ਟੀਮ ਬੇਨਤੀ ਆ ਵੀ ਜੇਕਰ ਪਤਾ ਲੱਗ ਗਿਆ ਵੀ ਮੈਂ ਜਿਹੜਾ ਕੋਈ ਫਿਕਸ ਆ ਤਾਂ ਸੌਂ ਖਵਾਈ ਜਾਊਗੀ ਬਾਬਾ ਜੀ ਦੀ ਡੇਰਾ ਜੀ ਦੀ ਹਾਂਜੀ ਗੱਗੀ ਵੱਲੋਂ ਤੇ ਗੁਰਪ੍ਰੀਤ ਵੱਲੋਂ ਮਲੇਸ਼ੀਆ ਵੱਲੋਂ ਸਾਰੀ ਕਲੱਬ ਨੂੰ ਔਰ ਸਾਰੀ ਗ੍ਰਾਮ ਪੰਚਾਇਤ ਨੂੰ ਬਾਈ ਦਮਨ ਵਰਗਿਆਂ ਨੂੰ ਲੱਖ ਲੱਖ ਵਧਾਈ ਆ ਬਾਹਰੋਂ ਫੋਨ ਆਇਆ ਸੀਗਾ ਹੁਣੇ ਲੱਖ ਲੱਖ ਸਾਰੀ ਕਲੱਬ ਨੂੰ ਵਧਾਈ ਹੈ ਔਰ ਲੱਖ ਲੱਖ ਗ੍ਰਾਮ ਪੰਚਾਇਤ ਨੂੰ ਬਹੁਤ ਬਹੁਤ ਧੰਨਵਾਦ ਜੀ ਬਾਬਾ ਕਿਸ਼ਨ ਦਾਸ ਦੀ ਦੋਨੇ ਟੀਮਾਂ ਨੂੰ ਬੇਨਤੀ ਆ ਵੀ ਸਮਾਧਾਂ ਕਲੀ ਹੱਥ ਕਰੋ ਵੀ ਦੋਨੇ ਟੀਮਾਂ ਇਹ ਪ੍ਰਬੰਧਕਾਂ ਦਾ ਜਿਹੜਾ ਫੈਸਲਾ ਗਾ ਆ ਵੀ ਨੌਜਵਾਨ ਫਾਈਨਲ ਮੈਚ ਆ ਵੀ ਕਿਹੜਾ ਹੋਊਗਾ ਸੌਂ ਲੱਗਿਆ ਵੀ ਮੈਚ ਚਲੋ ਜੀ ਦੁਬਾਰੇ ਮੈਂ ਸ਼ੁਰੂ ਕਰਾਂ ਆ ਜਾਓ ਜੀ ਨਹੀਂ ਬਸ ਮੰਨ ਗਏ ਪਲੇਅਰ ਆ ਗਏ ਲੈਂਦੇ ਬਾਬੇ ਸੌਣ ਲੱਗੇ ਬਾਈ ਮੈਚ ਲੱਗੂਗਾ ਕੋਈ ਸਾਂਝਾ ਨੀ ਠੀਕ ਹੈ ਬਾਈ ਜੀ ਬਹੁਤ ਆ ਜਾਓ ਬਾਈ ਇੱਕ ਜਣਾ ਥੋੜਾ ਬਨਾਲੀ ਵਾਲਾ ਅੱਜ ਮਨਦੀਪ ਰੱਸਾ ਕਸੀ ਵਾਲਾ ਖਿਡਾਰੀ ਆਵੇ ਜੀ ਬਾਈ ਸਾਨੂੰ ਸੌਣ ਲੱਗੇ ਸਾਡਾ ਮੈਚ ਲੱਗੇਗਾ ਰਲ ਕੇ ਲਓ ਠੀਕ ਹੈ ਬਾਈ ਧੰਨਵਾਦ ਭਾਈ ਭਾਈ ਰੂਪੇ ਦੀ ਟੀਮ ਦੇ ਬਣਾਵਾਲੀ ਦਾ ਫਾਈਨਲ ਮੈਚ ਆਪਾਂ ਵੇਖ ਰਹੇ ਹਾਂ ਉਧਰ ਮਲੇਸ਼ੀਆ ਤੋਂ ਬਾਈ ਗੱਗੀ ਤੇ ਗੁਰਪ੍ਰੀਤ ਕਹਿੰਦਾ ਵੀ ਸਾਰੀ ਗ੍ਰਾਮ ਪੰਚਾਇਤ ਦਾ ਬਾਈ ਗੁਰਜੀਤ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਗੋਰੀ ਕੋਲੇ ਫੋਨ ਆਇਆ ਮੋਦੀ ਹਾਂਜੀ ਦੂਰੀ ਯਾਰ ਜਿਹੜਾ ਮੈਚ ਹੁਣ ਲੱਗ ਰਿਹਾ ਹੈਗਾ ਲਓ ਕਬੱਡੀ ਦੇ ਮੈਚ ਦੇ ਆਪਾਂ ਦੇਖਦੇ ਹਾਂ ਵੀ ਭਾਈ ਰੂਪੇ ਵਾਲੇ ਮੁੰਡੇ ਦੀ ਕਬੱਡੀ ਪੈ ਰਹੀ ਹੈ ਗੋਰੀ ਪਿੱਛੜ ਹੀ ਮਾੜਾ ਜਾ ਜਿਹਨੇ ਆਪਾਂ ਦੇਖਦੇ ਹਾਂ ਕੱਲ ਨੂੰ ਕੋਈ ਨਾ ਕੱਲ ਸੁਣਾਉਣੇ ਤੈਨੂੰ ਵੱਖਰੀਆਂ ਗੱਲਾਂ ਨੇ ਇੱਧਰ ਮੈਂ ਦੇਖਦਾ ਬਣਾਵਾਲੀ ਵਾਲਾ ਨੌਜਵਾਨ ਜਿੱਥੇ ਕਹਿੰਦੇ ਵੀ ਖਰਾਜੀ ਆਖ ਦਿੰਦੇ ਜਾਫੀ ਨੂੰ ਪਰ ਉਧਰ ਪ੍ਰਗਟ ਭਾਈ ਰੂਪੇ ਵਾਲਾ ਨੌਜਵਾਨ ਦੀਪਾ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਕੁਲਦੀਪ ਸਿੰਘ ਨੌਜਵਾਨ ਭਾਈ ਰੂਪੇ ਦੇ ਤਿੰਨ ਜਾਫੀ ਇਹ ਬਣਾਵਾਲੀ ਦੇ ਨਾਲ ਫਾਈਨਲ ਮੈਚ ਆ ਡਾਲੇ ਦੇ ਮੇਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਮਿੱਤਰਾਂ ਦਾ ਆਓ ਵੱਡੀਆਂ ਰੌਣਕਾਂ ਲਾ ਵੀ ਕਾਦਲ ਕਰ ਲਾ ਤੂੰ ਦੁੱਧ ਪਾਣੀ ਤਿਆਰ ਆ
ਹੋ ਜਾ ਫਿੱਟ ਸਾਡਾ ਮਿੱਤਰ ਕੱਲ ਨੂੰ ਮਨਦੀਪ ਰਸਾਗਸੀ ਵਾਲੇ ਪਲੇਅਰ ਦਾ ਉੱਥੇ ਕਾਨਲ ਦਾ ਵਿਸ਼ੇਸ਼ ਤੌਰ ਤੇ ਵੱਡਾ ਮਾਨ ਸਨਮਾਨ ਜਿਹੜਾ ਹੋਣਾਗਾ ਇਹ ਵੀ ਵੱਡੀਆਂ ਰੌਣਕਾਂ ਦਾ ਆਪਾਂ ਦੱਸੀਏ ਸਾਡੇ ਦਾਇਰੇ ਦੇ ਦਰਸ਼ਕ ਵੀਰਾਂ ਨੂੰ ਕੱਲ ਨੂੰ ਦੁਨੀਆਂ ਦੇ ਮਹਾਨ ਖਿਡਾਰੀ ਦੁਨੀਆਂ ਦੇ ਮਹਾਨ ਅਫੀਸਰਾਂ ਦੀ ਗੱਲ ਹੋਣੀ ਆ ਜਿਵੇਂ ਸਾਡਾ ਵੀਰ ਦੇਵ ਗਾਲਬ ਦਾ ਬਿੱਲਾ ਨਿੰਮਾ ਭੋਟੀਪੁਰਾ ਸਮਾਜ ਦੇ ਭਾਈ ਦਾ ਨੌਜਵਾਨ ਕੇਵਲ ਸੂਬੇ ਵਰਗੇ ਮਿੱਤਰ ਨਾਲ ਮੈਂ ਦੇਖਦਾ ਵੀ ਜਿੰਨੇ ਵੀ ਵੀਰ ਆਉਣਗੇ ਉਹਨਾਂ ਦਾ ਵੀ ਧੰਨਵਾਦ ਸੁਬਾ ਪੈਂਟ ਕੋਲ ਦੀਆਂ ਟੀਮਾਂ ਨੂੰ ਇੱਕ ਵਾਰੀ ਫੇਰ ਬੇਨਤੀ ਹੈ ਵੀ 8 ਵਜੇ ਨੂੰ ਗਰਾਊਂਡ ਦੇ ਵਿੱਚ ਆ ਜਾਓ ਆਹ ਮੁੰਡਾ ਪ੍ਰਗਟ ਭਾਈ ਰੂਪੇ ਵਾਲਾ ਇੱਕ ਪੁਆਇੰਟ ਜਿਹੜਾ ਹੋਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਇੱਕ ਅੰਕ ਜਿਹੜਾ ਜੋੜਦਾ ਹੋਇਆ ਬਹੁਤ ਬਹੁਤ ਧੰਨਵਾਦ ਫਾਈਨਲ ਮੈਚ ਕੁਲਦੀਪ ਸਿੰਘ ਦੀ ਕਬੱਡੀ ਵੱਡੀਆਂ ਰੌਣਕਾਂ ਨੇ ਚਲੋ ਸ਼ਿੰਦਿਆ ਚਲੋ ਜੱਗਿਆ ਪਿੰਡ ਗੁਮਟੀ ਦੀ ਧਰਤੀ ਖੇਡ ਮੇਲਾ ਲੱਗਿਆ ਜਿੱਥੇ ਇੱਕ ਡਿਗਦੀ ਘਟੈਂਦੀ ਹੂ ਚੱਲ ਗਿਆ ਆਪਾਂ ਦੇਖ ਲਈਏ ਕਬੱਡੀ ਤੇ ਕਬੱਡੀ ਪੈਂਦੀ ਹੂ ਹੁਣ ਕਬੱਡੀ ਦਾ ਜੋਸ਼ ਹੈ ਪਲੇਅਰਾਂ ਦਾ ਨੌਜਵਾਨਾਂ ਦਾ ਵੱਖਰੀ ਸਟਾਈਲ ਆ ਪਰ ਇਧਰਲੇ ਪਾਸੇ ਪੁਆਇੰਟ ਮੈਂ ਬਣਾ ਵਾਲੀ ਵਾਲੇ ਨੌਜਵਾਨ ਕੁਲਦੀਪ ਸਿੰਘ ਜੀਪੇ ਦੇ ਹਿੱਸੇ ਦੇ ਵਿੱਚ ਇੱਕ ਅੰਕ ਹੋਰ ਜੁੜਦਾ ਹੋਇਆ ਜਿੰਨੇ ਵੀ ਸਾਡੇ ਮਿੱਤਰ ਬਾਈ ਛੱਤੇ ਵਰਗੇ ਸਾਰੇ ਵੀਰ ਮੇਜਰ ਭੁਪਿੰਦਰ ਵਰਗੇ ਮੈਂ ਜਿੰਨੇ ਵੀ ਨੌਜਵਾਨ ਗੀਤੇ ਵਰਗੇ ਸਾਰੇ ਮਿੱਤਰ ਨੇ ਭਾਈ ਜਿਨ੍ਹਾਂ ਦਾ ਮੈਂ ਨਾਂ ਲਵਾਂ ਕਿਉਂਕਿ ਲਿਸਟ ਬੜੀ ਲੰਬੀ ਆ ਉਹਨਾਂ ਦਾ ਵੱਡਾ ਸਹਿਯੋਗ ਆ ਭਾਈ ਰੁਪਏ ਵਾਲਾ ਮੁੰਡਾ ਇੱਕ ਦੇ ਜ਼ੋਰ ਦੇ ਨਾਲ ਇਹ ਨੌਜਵਾਨ ਪੁਆਇੰਟ ਜੋੜਦਾ ਹੋਇਆ ਰੇਡਰ ਕੁਲਦੀਪ ਸਿੰਘ ਵੀ ਸ਼ੁਭਾ ਤੋਂ ਲੈ ਕੇ ਬਣਾਵਾਲੀ ਵਾਲਾ ਮੁੰਡਾ ਕਬੱਡੀ ਜਿਹੜਾ ਪਾ ਰਿਹਾ ਹੈਗਾ ਉਧਰ ਪ੍ਰਗਟ ਵਰਗੇ ਨੌਜਵਾਨਾਂ ਦੀਪੇ ਵਰਗੇ ਆ ਜੋੜੀਆਂ ਬੜੀਆਂ ਮਸ਼ਹੂਰ ਨੇ ਬੜੀਆਂ ਤਕਨੀਕਾਂ ਨੇ ਭਾਈ ਰੁਪਏ ਦਾ ਕਹਿੰਦੇ ਵੀ ਆਹ ਮੁੰਡਾ ਗੀਤੀ ਜਾਫੀ ਹੈ ਮੰਨਿਆ ਪ੍ਰਮੰਨਿਆ ਗਾ ਬਹੁਤ ਵੱਡੇ ਮਾਨ ਸਨਮਾਨ ਹੋਏ ਸਰਦਾਰ ਨੌਜਵਾਨ ਦੇ ਸਿੱਖ ਸਰਦਾਰ ਦਾ ਜਿਹੜਾ ਜਫਾ ਲੱਗਦਾ ਹੋਇਆ ਅੱਜ ਵੱਡੀਆਂ ਰੌਣਕਾਂ ਨੇ ਕੱਲ ਨੂੰ ਲਾਸਟ ਦਿਨ ਐਜੇ ਵੇਲੇ ਨੂੰ ਤਾਂ ਨੌਜਵਾਨੋ ਫਾਈਨਲ ਦੀਆਂ ਗੁੰਡੀਆਂ ਆ ਜਾਣੀਆਂ ਨੇ ਮੋਟਰਸਾਈਕਲਾਂ ਦੀਆਂ ਗੱਲਾਂ ਹੋਣੀਆਂ ਨੇ ਇਹ ਵੀ ਤੁਹਾਨੂੰ ਦੱਸ ਦਈਏ ਵੀ ਉੱਥੇ ਸਕੂਟਰਾਂ ਦੀਆਂ ਗੱਲਾਂ ਹੋਣੀਆਂ ਨੇ ਇੱਕ ਇੱਕ ਕਬੱਡੀ ਦੀ ਗੱਲ ਹੋਣੀ ਆ ਲੱਖ ਲੱਖ ਦੀ ਕਬੱਡੀ ਪੈਣੀ ਆ ਲਓ ਪ੍ਰਗਟ ਸਿੰਘ ਤਿਵੀਤੀ ਵਾਲਾ ਮੰਡੀ ਕਲਾਂ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਭਾਈ ਰੂਪੇ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਬਾਈ ਜਤਿੰਦਰ ਸਿੰਘ ਜੀ ਬਲੌਟਾ ਉਹਨਾਂ ਵੱਲੋਂ ਭਾਈ ਰੂਪੇ ਦੀ ਟੀਮ ਦੇ ਲਈ 200 ਰੁਪਏ ਦਾ ਮਾਨ ਸਨਮਾਨ ਸਾਡੀ ਜ਼ਿੰਦਗੀ ਦਾ ਅਜੀਜ਼ ਮਿੱਤਰਾ ਅੰਤਰਰਾਸ਼ਟਰੀ ਵੇਡ ਲਿਫਟਿੰਗ ਨੌਜਵਾਨ ਜਿਹੜਾ ਸਟਾਰ ਪਲੇਅਰ ਉਹਨਾਂ ਦਾ ਵੀ ਧੰਨਵਾਦ ਵੱਡੇ ਮਾਨ ਸਨਮਾਨ ਵੀ ਹੋਇਆ ਬਾਈ ਜਤਿੰਦਰ ਸਿੰਘ ਜੀ ਬਲੌਟਾ ਭਾਈ ਰੂਪੇ ਵਾਲੇ ਉਧਰ ਕਬੱਡੀ 365 ਵਾਲੇ ਸਾਡੇ ਵੀਰ ਜਿੱਥੇ ਬਹੁਤ ਬਹੁਤ ਧੰਨਵਾਦ ਬਲਜਿੰਦਰ ਸਿੰਘ ਜੀ ਵਾਈਫਾਈ ਵਾਲੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਡੇ ਮਿੱਤਰਾਂ ਦੇ ਉਹ ਵੀ ਸਾਡੇ ਨਾਲ ਜੁੜੇ ਹੋਏ ਆ ਢਿੱਲਵਾਂ ਤੋਂ ਉਹਨਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਆ ਲਓ ਕੁਲਦੀਪ ਸਿੰਘ ਦੀ ਕਬੱਡੀ ਜਿਹੜੀ ਸੱਦੋ ਮਾਲ ਦੇ ਕੀਪੇ ਦਾ ਕਹਿੰਦੇ ਦੁਨੀਆਂ ਦੇ ਵਿੱਚ ਵੱਡਾ ਨਾਂ ਗਾ ਸ਼ੇਰ ਜਿੰਨੀ ਜਾਨ ਸੱਦੋ ਮਾਲੇ ਕੀਪੇ ਦੇ ਵੇਖਣ ਵਾਲੇ ਜੱਫੇ ਨੇ ਬਲਜੀਤ ਤੇ ਜੀਤੇ ਦੇ ਬਹੁਤ ਬਹੁਤ ਧੰਨਵਾਦ ਜੀ ਦੋਨੇ ਟੀਮਾਂ ਦੇ ਲਈ ਜਤਿੰਦਰ ਸਿੰਘ ਜੀ ਬਲੌਂਟਾ ਉਹਨਾਂ ਬੋਲੋ ਜਿੱਥੇ ਮੈਂ ਦੇਖਦਾ ਭਾਈ ਰੂਪੇ ਦੀ ਟੀਮ ਦੇ ਲਈ 100 ਰੁਪਏ ਦਾ 200 ਰੁਪਏ ਦਾ ਪ੍ਰਾਈਜ਼ ਜਿਹੜਾ ਲੈ ਵੀ ਗਿਆਨੀ ਇਹ ਆਪਣਾ ਪ੍ਰਾਈਜ਼ ਤੂੰ ਕੋਲੇ ਰੱਖੀ ਇਹ ਤੇਰੇ ਲਈ ਜਿਹੜਾ ਵਿਸ਼ੇਸ਼ ਤੌਰ ਤੇ ਸਤਿਕਾਰ ਆ ਉਹਨਾਂ ਦਾ ਵੀ ਧੰਨਵਾਦ ਲੋ ਇਧਰ ਪ੍ਰਗਟ ਭਾਈ ਰੂਪੇ ਵਾਲਾ ਇੱਕ ਪੁਆਇੰਟ ਜਿਹੜਾ ਹੋਰ ਜੋੜਦਾ ਹੋਇਆ ਜਿੰਨੇ ਵੀ ਜਿਹੜੇ ਸੁਬਾ ਆਪਾਂ 8 ਵਜੇ ਨੂੰ ਮੈਚਾਂ ਦੀ ਸ਼ੁਰੂਆਤ ਸਾਡੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਨੌਜਵਾਨੋ ਆਪਣਾ ਕੱਖ ਵੱਡਾ ਸੁਨੇਹਾ ਮੜ ਲਿਓ ਇਹ ਨਾ ਹੋਵੇ ਨੌਜਵਾਨੋ ਵੀ ਸੁਨੇਹਾ ਮੜ ਲਓ ਕਿਸੇ ਦੇ ਨੇੜੇ ਜਾ ਕੇ ਜਰੀ ਨੂੰ ਵਾਢਾ ਲਾ ਲਓ ਬੇਨਤੀ ਹੈ ਵੀ ਕਿਉਂਕਿ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਾਰੇ ਨੌਜਵਾਨ ਨਿਮਰਤਾ ਦੇ ਨਾਲ ਇਸ ਤਰ੍ਹਾਂ ਖੇਡਣਾ ਮਣਕਾ ਚਾਏ ਲੋ ਬਣਾਵਾਲੀ ਦਾ ਕੁਲਦੀਪ ਸਿੰਘ ਦੀ ਕਬੱਡੀ ਜਿੱਦਾਂ ਮੈਦਾਨ ਦੇ ਵਿੱਚ ਪੈਂਦੀ ਹੋਈ ਉਧਰ ਵੱਡੀਆਂ ਰੌਣਕਾਂ ਨੇ ਡਬਲ ਟੱਚ ਹੁੰਦਾ ਹੋਇਆ ਬਣਾਵਾਲੀ ਵਾਲਾ ਕੁਲਦੀਪ ਸਿੰਘ ਕੀਪਾ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਇਹ ਗੱਭਰੂ 16-65 ਕਿਲੋ 75 ਕਿਲੋ ਕਬੱਡੀ ਜਿਹੜੇ ਓਪਨ ਦੇ ਮੁਕਾਬਲੇ ਦੁਨੀਆਂ ਦੇ ਮਹਾਨ ਖਿਡਾਰੀਆਂ ਨੇ ਕਰਨੈਲ ਸਿੰਘ ਜੀ ਗਿੱਲ ਘੋਲੀਏ ਤੋਂ ਬਾਈ ਗੁਰਜੀਤ ਨੇ ਮੈਨੂੰ ਦੱਸਿਆ ਵੀ ਉਹਨਾਂ ਦੇ ਮਾਮਾ ਜੀ ਆ ਉਹਨਾਂ ਦਾ ਵੀ ਕਹਿੰਦੇ ਇਸ ਟੂਰਨਾਮੈਂਟ ਦੇ ਵਿੱਚ ਜੇ ਤੌਰ ਤੇ ਵੱਡਾ ਮਾਨ ਸਨਮਾਨ ਹੋਣਾ ਸਾਡੇ ਵੀ ਬਾਈ ਜੀਵਨ ਸਿੰਘ ਜੀ ਦੇ ਦਾਦਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਵੱਡੇ ਮਾਨ ਸਨਮਾਨ ਉਧਰ ਦਮਨ ਸਿੰਘ ਜੀ ਬਾਈ ਡੂੰਗਰ ਸਿੰਘ ਜੀ ਪਰਮਜੀਤ ਸਿੰਘ ਜੀ ਬਾਈ ਕਾਲਾ ਵੀਰ ਜਿਨ੍ਹਾਂ ਨੇ ਓਪਨ ਦਾ ਫਸਟ ਪ੍ਰਾਈਜ਼ 3 ਬਲਟੀਨੇ ਮੋਟਰਸਾਈਕਲ ਦੇਣੇ ਆ ਇਹ ਆਉਣ ਵਾਲੇ ਸਮੇਂ ਨੇ ਦੱਸਣਾ ਵੀ ਕਿਹਨਾਂ ਦੇ ਮਾਨ ਸਨਮਾਨ ਹੋਣੇ ਆ ਕਿਹੜੇ ਪਲੇਅਰ ਖਿਡਾਰਾਂ ਦੀ ਕਿਹੜੇ ਨੌਜਵਾਨਾਂ ਦੇ ਮਾਨ ਸਨਮਾਨ ਹੋਣੇ ਆ ਉਹਨਾਂ ਦਾ ਵੀ ਧੰਨਵਾਦ ਅਸੀਂ ਬਹੁਤ ਬਹੁਤ ਕਰਦੇ ਆ ਉੱਥੇ ਬੇਅੰਤ ਇੰਗਲੈਂਡ ਤੋਂ ਸਾਡਾ ਵੀਰ ਉਹਨਾਂ ਦਾ ਵੀ ਧੰਨਵਾਦ ਬਾਈ ਵਿਕਰ ਸਿੰਘ ਜੀ ਸਾਬਕਾ ਪੰਚ ਉਹਨਾਂ ਦਾ ਵੀ ਧੰਨਵਾਦ ਆ ਮਲਕੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਆ ਵੱਡੇ ਮਾਨ ਸਨਮਾਨ ਜਿਹੜੇ ਆਏ ਆ ਆਓ ਸਾਡੇ ਮਿੱਤਰਾਂ ਦੇ ਅੱਜ ਦੇ ਟੂਰਨਾਮੈਂਟ ਦਾ ਲਾਸਟ ਦਿਨ ਮੈਂ ਦੇਖਦਾ ਵੀ ਇੱਕ ਦੋ ਕਬੱਡੀਆਂ ਬਾਕੀ ਨੇ ਜਿਹੜੀ ਟੀਮ ਨੇ ਇੱਕ ਦੋ
ਬਹੁਤ ਬਹੁਤ ਧੰਨਵਾਦ ਜੀ ਸਾਡੇ ਮਿੱਤਰ ਨੇ ਬਾਈ ਗੁਰਜੀਤ ਨੇ ਦੱਸਿਆ ਵੀ ਜੀਵਨਿਕ ਜਿਹੜਾ ਯਾਰਾਂ ਦੇ ਵਿੱਚੋਂ ਯਾਰ ਉਹ ਵੀਰ ਸੀ ਆ ਕਿਉਂਕਿ ਉਹਨਾਂ ਦੀ ਯਾਦ ਨੂੰ ਜਿਹੜਾ ਸਮਰਪਿਤ ਕਬੱਡੀ ਟੂਰਨਾਮੈਂਟ ਆਪਾਂ ਵੇਖ ਰਹੇ ਹਾਂ ਇਧਰ ਕੀਪਾ ਦਾ ਦੂਜੇ ਪਾਸੇ ਗੀਤੀ ਹੈ ਜੇ ਸਰਦਾਰ ਨੇ ਜਫਲਾ ਦਾ ਗੀਤੀਆ ਬੱਲੇ ਬੱਲੇ ਹੋ ਜੂਗੀ ਬੱਲੇ 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 ਮੇਰਾ ਖਾਲਸਾ ਨੱਚਣ ਨੂੰ ਦੇਵੇ ਨੱਚਣਾ ਦੇਵੇ ਨੱਚਣਾ ਬਥੇਰਾ ਜਾਣਦੀ ਮੇਰਾ ਖਾਲਸਾ ਨੱਚਣਾ ਦੇਵੇ ਨੱਚਣਾ ਬਥੇਰਾ ਜਾਣਦੀ ਪਰ ਨਹੀਂ ਨੱਚਣ ਦਿੰਦਾ ਨੌਜਵਾਨ ਆ ਨਹੀਂ ਭੱਜਣ ਦਿੰਦਾ ਮੈਚ ਸਮਾਪਤ ਆ ਬੋਲੇ ਸੋਨਿਹਾਲ ਅੱਜ ਦੇ ਟੂਰਨਾਮੈਂਟ ਦਾ ਜਿਹੜਾ ਮੈਂ ਦੂਸਰੇ ਦਿਨ ਦੀ ਸਮਾਪਤੀ ਹੈ ਭਾਈ ਰੂਪਾ ਫਸਟ ਤੇ ਇਹਦੇ ਵਿੱਚੋਂ ਜਿਹੜੀ ਟੀਮ ਆ ਬਣਾ ਵਾਲੀ ਸੈਕਿੰਡ ਆ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸੁਭਾ ਜੁੜਾਂਗੇ ਆਓ ਫਤਿਹ ਦਾ ਜਵਾਬ ਫਤਿਹ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਨੇ ਟੀਮਾਂ ਆਪਣਾ ਪ੍ਰਾਈਜ਼ ਲੈ ਜਾਣਾ ਸਾਰੇ ਨਗਰ ਦਾ ਸਾਰੇ ਦਾਨੀ ਸੱਜਣਾ ਦਾ ਸਾਰੇ ਦਰਸ਼ਕ ਵੀਰਾਂ ਦਾ ਹੈਲੋ ਕਹਿੰਦੇ ਵੀ ਨਾ ਉਹ ਪਹਿਲਾਂ ਜਿਹਾ ਪੰਜਾਬ ਰਿਹਾ ਤੇ ਨਾ ਪਹਿਲਾਂ ਜਿਹੀਆਂ ਮਾਵਾਂ ਕੁਝ ਤਾਂ ਗੱਭਰੂ ਨਸ਼ਿਆਣੇ ਖਾਵੇ ਕੁਝ ਚੱਲ ਪਏ ਕੱਲ ਨੇ ਰਾਹ ਠੀਕ ਹੈ ਕੁਝ ਖਾਂਦੇ ਨੇ ਨਸ਼ੇ ਪੀਂਦੇ ਨੇ ਸ਼ਰਾਬਾਂ ਖਾਂਦੇ ਨੇ ਗੋਲੀਆਂ ਇਹ ਦੇਖ ਕੇ ਦੁਨੀਆਂ ਸੋਥੋਂ ਕੰਬੂਗੀ ਹੁਣ ਲੱਕ 28 ਵਾਲੀ ਜਦ ਕਿੱਥੋਂ ਹਰਜੀਤ ਬਰਾੜ ਨੂੰ ਜੰਮੂਗੀ ਠੀਕ ਹੈ ਜੀ ਹਾਂ ਬਾਕੀ ਕੱਲ ਨੂੰ ਆਪਾਂ ਜਿਹੜੀ ਉਧਰ ਮਾਨ ਸਨਮਾਨ ਠੀਕ ਹੈ ਬਾਈ ਓਕੇ ਇਧਰ ਮਾਨ ਸਨਮਾਨ ਜੀ ਫਸਟ ਪ੍ਰਾਈਜ਼ ਸੈਕਿੰਡ ਪ੍ਰਾਈਜ਼ ਓਕੇ ਜੀ ਵਧਾਈਆਂ ਜੀ ਤੁਹਾਡੀ ਟੀਮ ਨੂੰ ਜਤਿੰਦਰ ਸਿੰਘ ਜੀ ਬਲਾਉਟਾ ਜ਼ਿੰਦਗੀ ਦਾ ਜੀਜ ਮਿੱਤਰ ਆ ਜਾਓ ਬਾਈ ਮਾਨ ਸਨਮਾਨ ਕਰੋ ਜੀ ਗੁਰਜੀਤ ਸਿੰਘ ਜੀ ਸਾਡਾ ਵੀਰ ਦਿਲਵਰ ਡਰਾਈਵਰ ਜੀ ਵੀ ਗੱਲ ਸੁਣ ਲੈ ਡਰਾਈਵਰ ਹਾਂ ਦਿਲਵਰ ਡਰਾਈਵਰ ਦਾ ਬਹੁਤ ਬਹੁਤ ਧੰਨਵਾਦ ਆ ਜੀ ਉਹਨਾਂ ਨੇ ਕਲੀ ਦੀ ਸੇਵਾ ਨਿਭਾਈ ਹੈ ਉਹਨਾਂ ਦਾ ਧੰਨਵਾਦ ਬਾਈ ਦਿਲਵਰ ਡਰਾਈਵਰ ਸਾਡਾ ਮਿੱਤਰ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਲੈ ਵੀ ਮਲਕੀਤ ਤੇਰਾ ਵੀ ਧੰਨਵਾਦ ਮਿੱਤਰਾ ਥੈਂਕ ਯੂ ਬਾਈ ਸਾਰਿਆਂ ਦਾ ਸੱਤਾ ਜੀ ਜ਼ਿੰਦਗੀ ਦੇ ਮਿੱਤਰਾਂ ਦੇ ਵਿੱਚੋਂ ਆ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਭਾਈ ਗੁਰਜੀਤ ਕਾਕਾ ਕਹਿੰਦਾ ਫੋਟੋ ਲਾਈ ਬਾਈ ਮੇਰੇ ਨਾਲ ਠੀਕ ਹੈ ਜੀ ਚੰਗਾ ਭਾਈ ਉਧਰ ਗੋਗੀ ਸਟੂਡੀਓ ਦਾ ਬਹੁਤ ਬਹੁਤ ਧੰਨਵਾਦ ਸਾਡੇ ਮਿੱਤਰ ਦਾ ਲੈ ਵੀ ਮਲਕੀਤ ਉਧਰ ਮਾਨ ਸਨਮਾਨ ਭਾਈ ਰੂਪਾ ਦੇ ਟੀਮ ਠੀਕ ਹੈ ਜੀ